ਸਸਿਗਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਹਾਂ ਬਈ ਕੋਈ ਠੀਕ ਹੋਵੋਗੇ ਤਾਂ ਰਾਜੇ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਮੈਥ ਦੀ ਸਭ ਤੋਂ ਫਰਸਟ ਇਕਾਈ ਜਿੱਦੋਂ ਵੀ ਆਪਾਂ ਮੈਥ ਸ਼ੁਰੂ ਕਰਨਾ ਰਾਜੇ ਕਹਿੰਦੇ ਹੁੰਦੇ ਹੈ ਕਿ ਜਿਵੇਂ ਆਪਾਂ ਕੋਈ ਵੀ ਚੀਜ਼ ਸਿੱਖਣੀ ਹੋਵੇ ਹੈਨਾ ਮਤਲਬ ਪੰਜਾਬੀ ਸਿੱਖਣੀ ਹੈ ਤਾਂ ਉੜਾ ਅੜਾਈ ੜੀ ਜ਼ਰੂਰੀ ਹੈ ਇੰਗਲਿਸ਼ ਸਿੱਖਣੀ ਹੈ ਤਾਂ ABC ਜ਼ਰੂਰੀ ਹੈ ਠੀਕ ਹੈ ਜੀ ਉਹਵੇਂ ਜਿਵੇਂ ਰਾਜੇ ਜੇਕਰ ਮੈਥ ਦੀ ਮੈਥ ਵੀ ਇੱਕ ਭਾਸ਼ਾ ਰਾਜੇ ਜੇ ਮੈਥ ਸਿੱਖਣਾਗਾ ਦਾ ਮੈਥ ਦੇ ਵਿੱਚ ਆਪਾਂ ਨੂੰ ਮੈਥ ਦੀ ABC ਤੋਂ ਸਿੱਖਣਾ ਜ਼ਰੂਰੀ ਹੈ ਆਪਾਂ ਕੀ ਕਰਦੇ ਹਾਂ ਰਾਜੇ ਆਪਾਂ ਹਮੇਸ਼ਾ ਜਲਦੀ ਦੇ ਵਿੱਚ ਹੁੰਨੇ ਆ ਕਿ ਆਪਾਂ ਨੂੰ ਛੇਤੀ ਮੈਥ ਆਉਣ ਲੱਗ ਜੇ ਪਰ ਕੀ ਹੁੰਦਾ ਜਿਹੜੀਆਂ ਸ਼ੂਟਿੰਗਾਂ ਕਾਈਆਂ ਹੁੰਦੀਆਂ ਇਹਨੂੰ ਆਪਾਂ ਕੀ ਕਰਦੇ ਨੇ ਹੁੰਨੇ ਆ ਕਰਨ ਇਹਦਾ ਕੀ ਹੈ ਇਹਦਾ ਕਰ ਲਾਂਗੇ ਇਹਦਾ ਹੋ ਜਾਊਗਾ ਇਹ ਤਾਂ ਐ ਹੋ ਜਾਊਗਾ ਤਾਂ ਤਨਕਾ ਕਰ ਲਾਂਗੇ ਦੋ ਸਵਾਰ ਹੋਣਗੇ ਤਿੰਨ ਸਵਾਰ ਹੋਣਗੇ ਐ ਕਰਕੇ ਆਪਾਂ ਉਹ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰ ਦੰਨੇ ਆ ਪਰ ਪੇਪਰ ਦੇ ਵਿੱਚ ਜਾ ਕੇ ਕੀ ਹੁੰਦਾਗਾ ਉਹੀ ਜਿਹੜੋ ਆਪਾਂ ਉਹੀ 1 2 ਨੰਬਰਾਂ ਦੇ ਆਪਾਂ ਜਿਹੜੋ ਰਹਿ ਜਾਂਦੇ ਆ ਠੀਕ ਹੈ ਜੀ ਫਿਰ ਆਪ ਨੂੰ ਦੁੱਖ ਹੁੰਦਾ ਕਿ ਯਾ ਸ਼ਾਇਦ ਆਪਾਂ ਉਹ ਚੀਜ਼ ਕਰ ਲਾਂਦੇ ਤਾਂ ਅੱਜ ਆਪਾਂ ਸਕਸੈਸਫੁਲ ਹੋ ਜਾਂਦੇ ਹਨਾ ਓਵੇਂ ਜਿਵੇਂ ਦਾ ਜਿਹੜੇ ਮੈਂ ਤੁਹਾਡੇ ਵਾਸਤੇ ਲੈਕਚਰ ਲੈ ਕੇ ਆਉਣਾ ਉਹ ਨਾ ਪਹਿਲੀ ਗੱਲ ਤਾਂ ਹੈ ਜੀ ਜਿਹੜੀ ਮੈਂ ਤੁਹਾਡੇ ਵਾਸਤੇ ਕਲਾਸ ਲੈ ਕੇ ਆਉਂਗਾ ਇਹ ਕਲਾਸ ਪੰਜਾਬ ਦੇ ਪੀਸੀਐਸ ਲੈਵਲ ਦੀਆਂ ਕਲਾਸਾਂ ਰਹਿ ਜੇ ਇਹ ਤਾਂ ਸਾਰੀਆਂ ਕਲਾਸਾਂ ਦਾ ਜੀ ਜ਼ੀਰੋ ਲੈਵਲ ਤੋਂ ਹੋਣਗੀਆਂ ਜਿਹੜਾ ਕੋਈ ਕੈਂਡੀਡੇਟ ਨੂੰ ਆ ਜੇ ਬਿਲਕੁਲ ਵੀ ਮੈਥ ਨਹੀਂ ਆਉਂਦਾ ਜਿਹੜਾ ਕੈਂਡੀਡੇਟ ਕਹਿੰਦਾ ਜੀ ਮੈਂ ਤਾਂ 10ਵੀਂ ਤੋਂ ਬਾਅਦ ਸ਼ੁਰੂ ਕੀਤਾ ਸੀ ਮੇਰਾ 10ਵੀਂ ਜੋ ਫੇਲ ਵੀ ਸੀ ਤਾਂ ਜੇ ਉਹ ਕੈਂਡੀਡੇਟ ਵੀ ਮੈਥ ਦੇ ਵਿੱਚੋਂ 25 ਜਾਂ 30 24 24 ਨੰਬਰ ਲੈ ਕੇ ਅੱਜ ਨੌਕਰੀ ਤੇ ਆ ਠੀਕ ਆ ਕੋਈ ਹੰਕਾਰ ਨਹੀਂ ਕਰਦੇ ਜੀ ਪਰ ਇੰਨਾ ਪਤਾ ਹੈਗਾ ਹੰਕਾਰ ਉਹ ਜੀ ਦਾ ਹੁੰਦਾ ਹੈਗਾ ਠੀਕ ਹੈ ਕਿ ਮੈਂ ਸਾਨੂੰ ਕਰਵਾਈ ਜਾਵਾਂ ਆਪ ਦੇ ਮੋਢੇ ਕਿਵੇਂ ਬਹੁਤ ਵਧੀਆ ਕਰਵਾਈ ਜਾਣਾ ਸਾਨੂੰ ਕੁਝ ਆਵੇ ਨਾ ਜਿੰਦੋਂ ਤੱਕ ਆ ਲੈਕਚਰ ਖਤਮ ਹੋਣਗੇ ਨੰਬਰ ਸਿਸਟਮ ਤੇ ਐਂਡ ਤੱਕ ਜਿਉ ਸਾਰੇ ਲੈਕਚਰ ਲਾ ਲਈ ਐਂਡ ਤੱਕ ਤੁਹਾਨੂੰ ਪਤਾ ਲੱਗੂ ਤੁਸੀਂ ਕੀ ਇੰਪਰੂਵਮੈਂਟ ਆਈ ਹੈ ਤੁਹਾਡੇ 'ਚ ਬਹੁਤ ਜ਼ਿਆਦਾ ਫਰਕ ਪਤਾ ਲੱਗਣਾਗਾ ਦੇਖੋ ਚੱਲਾਂਗੇ ਆਰਾਮ ਨਾਲ ਕੋਈ ਕਾੜੀ ਨਹੀਂ ਕਰਨੀ ਬਹੁਤ ਬੱਚਿਆਂ ਵਿੱਚ ਚੀਜ਼ਾਂ ਆਉਂਦੀਆਂ ਹੋਣਗੀਆਂ ਕੁਝ ਨੂੰ ਨਹੀਂ ਆਉਂਦੀਆਂ ਹੋਣਗੀਆਂ ਜਿਨ੍ਹਾਂ ਨੂੰ ਆਉਂਦੀਆਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਜਿਨ੍ਹਾਂ ਨੂੰ ਨਹੀਂ ਆਉਂਦੀਆਂ ਉਹਨਾਂ ਨੂੰ ਵੀ ਲੈ ਕੇ ਚੱਲਣਾ ਮੈਂ ਕਦੇ ਵੀ ਇਹ ਕਹਣੀ ਕਹਣਾ ਹੁੰਦਾ ਕਿ ਜਿਹੜੇ ਬੱਚੇ ਨਲਾਇਕ ਆ ਉਹਨਾਂ ਵਾਸਤੇ ਨਲਾਇਕ ਪਤਾ ਕੌਣ ਹੁੰਦੇ ਆ ਨਲਾਇਕ ਉਹ ਹੁੰਦੇ ਆ ਜਿਹੜੇ ਪੜਦੇ ਨਹੀਂ ਹੁੰਦੇ ਉਹਨਾਂ ਨੂੰ ਨਲਾਇਕ ਕਿਹਾ ਜਾਂਦਾ ਹੈਗਾ ਠੀਕ ਹੈ ਨਲਾਇਕ ਉਹ ਨਹੀਂ ਹੁੰਦੇ ਨਲਾਇਕ ਉਹ ਹੁੰਦੇ ਆ ਮਤਲਬ ਜਿਹੜੇ ਬੱਚੇ ਪੜਦੇ ਨਹੀਂ ਹੈਗੇ ਉਹਨੂੰ ਨਲਾਇਕ ਕਿਹਾ ਜਾਂਦਾ ਹੈ ਜਿਹੜੇ ਬੱਚੇ ਪੜਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਸਮਝ ਨਹੀਂ ਆਉਂਦਾ ਉਹ ਵਧੀਆ ਨੰਬਰ ਨਹੀਂ ਲਿਆ ਸਕਦੇ ਉਹਨੂੰ ਨਲਾਇਕ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੂੰ ਆਪਾਂ ਜਾਂ ਦਾ ਇਹ ਕਹਿ ਸਕਦੇ ਆ ਕਿ ਉਹਨਾਂ ਨੂੰ ਸਹੀ ਪਲੇਟਫਾਰਮ ਨਹੀਂ ਮਿਲਿਆ ਪੜਨ ਵਾਸਤੇ ਬੱਚਿਆਂ ਨੂੰ ਕੋਈ ਸਹੀ ਤਰੀਕਾ ਨਹੀਂ ਮਿਲਿਆ ਸਹੀ ਟੀਚਰ ਨਹੀਂ ਮਿਲਿਆ ਕਿ ਜਿਹੜੇ ਹਿਸਾਬ ਤੇ ਉਹਨਾਂ ਨੂੰ ਸਮਝ ਆ ਸਕੇ ਠੀਕ ਹੈ ਪਹਿਲਾ ਚਾਂਸ ਇਹ ਹੁੰਦਾ ਰਾਜੀ ਦੂਜਾ ਚਾਂਸ ਇਹ ਹੁੰਦਾ ਕਿ ਮੈਥਡ ਥਿਊਰੀ ਵਾਲੇ ਲਵਾਈ ਜਾਂਦੇ ਆ ਬੱਚੇ ਨੂੰ ਫੇਰ ਨਹੀਂ ਸਮਝ ਆਉਂਦਾ ਦੋ ਚੀਜ਼ਾਂ ਹੁੰਦੀਆਂ ਹੁਣ ਜਿਹੜੇ ਟੀਚਰ ਦੀ ਕਿਸੇ ਦੀ ਚੰਗੀ ਮੈਥਰੀ ਪੜਾਈ ਕਰੀ ਹੋਊ ਐਮ ਐਸ ਸੀ ਕਰੀ ਹੋਊ ਬੀ ਐਸ ਸੀ ਕਰੀ ਹੋਊ ਮੈਥ ਦੀ ਉਹ ਹਮੇਸ਼ਾ ਤੁਹਾਨੂੰ ਕਦੇ ਨਾਰਮਲ ਫਾਰਮੂਲੇ ਲਵਾਈ ਨਹੀਂ ਸਕਦਾ ਉਹ ਤੁਹਾਨੂੰ ਲਵਾਊਗਾ ਵੱਡੇ ਫਾਰਮੂਲੇ ਕਿਉਂਕਿ ਉਹ ਆਪ ਥਿਊਰੀ ਦੇ ਵੇਸਤੇ ਇਹਨਾਂ ਨੂੰ ਪਤਾ ਹੁੰਦਾ ਥਿਊਰੀ ਪੜ੍ਹ ਕੇ ਆਏ ਆ ਤਾਂ ਥਿਊਰੀ ਲੈਵਲ ਤੇ ਪੜਾਉ ਹੋਰ ਆ ਜੇ ਆਪਾਂ ਮੈਂ ਤੁਹਾਨੂੰ ਬਿਲਕੁਲ ਵੀ ਦੇਖੋ ਸਾਰੇ ਮੈਥ ਦੇ ਵਿੱਚ ਸਿਰਫ ਲਿਮਟਡ ਜੇ ਸਾਨੂੰ ਫਾਰਮੂਲੇ ਕਰਵਾਉਂਗਾ ਪੰਜ ਮੰਨ ਲਓ ਚਾਰ ਮੰਨ ਲਓ ਦੋ ਮੰਨ ਲਓ ਚਾਹੇ ਮੰਨ ਨੂੰ ਹੀ ਉਹਕੇ ਫਾਰਮੂਲੇ ਨਾਲ ਨੀਰਾਜੇ ਕਦੇ ਮੈਥ ਹੁੰਦਾ ਹੁੰਦਾ ਠੀਕ ਹੈ ਮੈਥ ਆਊਗਾ ਆਪਾਂ ਨੂੰ ਕਨਸੈਪਟ ਸਮਝਣ ਦੇ ਨਾਲ ਕਨਸੈਪਟ ਸਮਝਣ ਦੇ ਨਾਲ ਹੁਣ ਤੁਸੀਂ ਮੂਵੀ ਦੇਖਣ ਜਾਂਦੇ ਹੋ ਰਾਜੇ ਕੋਈ ਵੀ ਦੇਖੋ ਪੜਾਂਗੇ ਗੱਲਾਂ ਕਰਾਂਗੇ ਆਰਾਮ ਨਾਲ ਚੱਲਾਂਗੇ ਕਾਲੀ ਨਹੀਂ ਕਰਨੀ ਹੈ ਨਾ ਮੈਥ ਕਲਾਸ ਲਾਉਣਾ ਆਏ ਹੋ ਇੰਜੋਏ ਕਰਨਾ ਆਪਾਂ ਇਹਨੂੰ ਕਦੇ ਵੀ ਲੈਕਚਰ ਵਾਂਗੂ ਨਹੀਂ ਲੈਣਾ ਠੀਕ ਹੈ ਜੀ ਤੇ ਨਹੀਂ ਮੈਂ ਲੈਕਚਰ ਕਦੇ ਲਾ ਰਿਹਾ ਮੈਂ ਤੁਹਾਨੂੰ ਸਮਝਾ ਰਿਹਾ ਹਾਂਗਾ ਨਾ ਤੁਹਾਨੂੰ ਪੜਾ ਰਿਹਾ ਸਿਰਫ ਸਮਝਾ ਰਿਹਾ ਕਨਸੈਪਟ ਮੂਵੀ ਦੇਖਣ ਗਏ ਹੋ ਕੋਈ ਮਰਜ਼ੀ ਮੂਵੀ ਦੇਖਣ ਜਾਂਦੇ ਹੋ ਤੁਸੀਂ ਹੈਨਾ ਇੱਕ ਵਾਰੀ ਤੁਸੀਂ ਮੂਵੀ ਦੇਖ ਲਓ ਤੁਸੀਂ ਸਾਰੀ ਮੂਵੀ ਦੀ ਸਟੋਰੀ ਭੁੱਲ ਜਾਂ ਭੁੱਲਦੇ ਹੋ ਕਿ ਨਹੀਂ ਭੁੱਲਦੇ ਭੁੱਲਦੇ ਨਹੀਂ ਕੋਈ ਕੈਨੇਡਾ ਟੂ ਰਿਪੋਲਟ ਆਹ ਟੂ ਸੋ ਤੁਮ ਆਏ ਪੁੱਛ ਲਾ ਮੈਂ ਕਿਸੇ ਮਤਲ ਗਾਦਰ ਫਿਲਮ ਦੇਖੀ ਹੋਵੇ ਉਹ 2002 1 ਚੋਂ 2002 ਚ ਆਈ ਸੀ ਗਾਦਰ ਫਿਲਮ ਪਰ ਤੁਹਾਡੇ ਉਹ ਵੀ ਹਜੇ ਤੱਕ ਯਾਦ ਹੋਊਗਾ ਕਿ ਗਾਦਰ ਫਿਲਮ ਚ ਆਇਆ ਹੋਇਆ ਸੀ ਅਛੜਫਾ ਲਈ ਸੀ ਸਣੀ ਦਾ ਉਹਨੇ ਨਲਕਾ ਪਟਤਾ ਸੀ ਸਾਰੀਆਂ ਚੀਜ਼ਾਂ ਤੁਹਾਡੇ ਯਾਦ ਹੋਣਗੀਆਂ ਹੈਨਾ ਉਹ ਗੱਲਾਂ ਠੀਕ ਹੈ ਜੇ ਮੈਂ ਤੁਹਾਨੂੰ ਉਹੀ ਚੀਜ਼ਾਂ ਲੈਕਚਰ ਦੇ ਵਿੱਚ ਪਾਵਾਂ ਮੈਂ ਸ਼ਾਇਦ ਤੁਹਾਡੇ ਅੱਧ ਤੋਂ ਵੱਧ ਦੇ ਯਾਦ ਵੀ ਨਾ ਕਨਸੈਪਟ ਪਤਾ ਹੈਗਾ ਕਿ ਭਾਈ ਉਹ 1947 ਦੇ ਵੰਡ ਹੋਈ ਸੀ ਉੱਥੇ ਕੀ ਹੋਇਆ ਸੀ ਅੱਧੇ ਮੁਸਲਮਾਨ ਸਿੱਖਾਂ ਬਣੀ ਰਹੇ ਸੀ ਅੱਧੇ ਸਿੱਖ ਮੁਸਲਮਾਨਾਂ ਬਣੀ ਰਹੇ ਸੀ ਉਹਦੇ ਆਪਸ ਵਿੱਚ ਮੈਰਿਜ ਹੋ ਗਈ ਸੀ ਬਾਅਦ ਵਿੱਚ ਉਹ ਅਮੀਸ਼ਾਪਟੇ ਤੋਂ ਮਿਲਣ ਬਾਅਦ ਗਈ ਸੀ ਪਾਕਿਸਤਾਨ ਦੇ ਵਿੱਚ ਉੱਧਰ ਜਾ ਕੇ ਆਦੇ ਪਰਿਵਾਰ ਨੂੰ ਲੈਣ ਗਿਆ ਸੀ ਉੱਥੇ ਜਾ ਕੇ ਆ ਚੀਜ਼ ਹੋ ਜਾਂ ਕੰਮ-ਕਾਮ ਦਾ ਠੀਕ ਹੈ ਉਹ ਚੀਜ਼ ਕਿਉਂ ਕਿਉਂਕਿ ਤੁਹਾਨੂੰ ਫਿਲਮ ਦਾ ਕਨਸੈਪਟ ਪਤਾ ਲੱਗ ਗਿਆ ਸਰ ਕਿ ਤੁਹਾਡੇ ਮਨ ਵਿੱਚ ਕਨਸੈਪਟ ਕੀ چل ਰਿਹਾ ਹੈ ਤਾਂ ਗੱਲ ਕਿਹਦੇ ਅਕੋਰਡਿੰਗ ਘੁੰਮ ਰਹੀ ਹੈ ਉਹੀ ਕੰਮ ਸੇਮ ਟੂ ਸੇਮ ਹੈਗਾ ਮੈਥ ਦਾ ਜੇ ਲੋ ਤੁਸੀਂ ਕਨਸੈਪਟ ਸਮਝ ਲਿਆ ਤਾਂ ਸਵਾਲ ਜਿੱਥੋਂ ਮਰਜ਼ੀ ਪਾ ਦੇ ਸੋਨੂੰ ਕੋਈ ਜਿੱਥੋਂ ਮਰਜ਼ੀ ਪਾ ਦੇ ਪਾ ਦੇ ਸੋਨੂੰ ਕੋਈ ਮਰਜ਼ੀ ਤਕੜੇ ਤਕੜਾ ਮੈਚ ਰੱਖੇ ਤੁਸੀਂ 2 ਮਿੰਟਾਂ ਦੇ ਵਿੱਚ ਹੱਲ ਕਰ ਦੋਗੇ ਕਿਉਂ ਕਿਉਂਕਿ ਤੁਹਾਨੂੰ ਕਨਸੈਪਟ ਪਤਾ ਲੱਗ ਗਿਆ ਉਹਦਾ ਠੀਕ ਹੈ ਤਾਂ ਮੇਰਾ ਮਕਸਦ ਹੁੰਦਾ ਬੱਚੇ ਦੇ ਦਿਮਾਗ ਦੇ ਵਿੱਚ ਕਨਸੈਪਟ ਪਾਉਣਾ ਜੇ ਤੁਸੀਂ ਮੇਰੇ ਨਾਲ ਵੀਡੀਓ ਦੇਖੀ ਵੀ ਜਾਓ ਨਾ ਸੋ ਤਾਂ ਵੀ ਪਤਾ ਲੱਗ ਜੂ ਰਿਜ਼ਲਟ ਦਾ ਠੀਕ ਹੈ ਜੀ ਬਿਲਕੁਲ ਜ਼ੀਰੋ ਲੈਵਲ ਤੋਂ ਚੱਲੂ ਕਰ ਰਹੇ ਜੀ ਬਿਲਕੁਲ ਜ਼ੀਰੋ ਲੈਵਲ ਤੇ ਦੂ ਜ਼ੀਰੋ ਲੈਵਲ ਤੋਂ ਥੱਲੇ ਤਾਂ ਫਿਰ ਕੁਝ ਵੀ ਨਹੀਂ ਹੈਗਾ ਇਹ ਕਾ ਦੂ ਇਹ ਠੀਕ ਹੈ ਇਕਲੀ ਇਕਲੀ ਜੋੜ ਕਟਾਓ ਵੀ ਸਮਝਾਉਂਗਾ ਤੁਹਾਨੂੰ ਰਾਜੀ ਜਿਵੇਂ ਹੋਤਾ ਛੱਡੋ ਬੜ ਗਿਆ ਗੱਲਾਂ ਤਾਂ ਠੀਕ ਹੈ ਤੇ ਉਸ ਤੋਂ ਪਹਿਲਾਂ ਰਾਜੀ ਤੁਹਾਨੂੰ ਮੈਂ ਇੱਕ ਵਾਰ ਦੱਸਣਾ ਚਾਹਣਾਗਾ ਕਿ ਜੇ ਕੋਈ ਕੈਂਡੀਡੇਟ ਸੀਨੀਅਰ ਅਸਿਸਟੈਂਟ ਬीडीओ ਪਟਵਾਰੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪੰਜਾਬ ਜਿਹੜੀ ਅਫੀਸਰ ਲੈਵਲ ਦੀ 2024 ਦੀ ਭਰਤੀ ਹੋਣੀ ਹੈ ਇਹਨਾਂ ਚੋਂ ਕਿਸੇ ਦੀ ਵੀ ਤਿਆਰੀ ਕਰਨਾ ਚਾਹੁੰਦਾ ਰਾਜੀ ਉਹ ਆਪਣੀ ਆਲ ਪੰਜਾਬ ਐਗਜ਼ਾਮ ਬੈਚ ਵੀ ਚੱਲ ਰਿਹਾ ਹੈ ਰਾਜੀ ਠੀਕ ਹੈ ਸਾਰੇ ਸਬਜੈਕਟ ਕਰਵਾਵਾਂਗੇ ਰਾਜੀ ਏ ਟੂ ਜ਼ेड ਕਰਵਾਵਾਂਗੇ ਸਾਰੇ ਮੈਂ ਕਰਵਾਉਂ ਸਾਰੇ ਜ਼ੀਰੋ ਲੈਵਲ ਤੋਂ ਕਰਵਾਉਂਗਾ ਠੀਕ ਹੈ ਤਾਂ ਸਾਰਾ ਕੁਝ ਆਪਣੇ ਤੁਸੀਂ ਐਪ ਤੋਂ ਬੈਚ ਜੁਆਇਨ ਕਰ ਸਕਦੇ ਹੋ ਨੋਰਮਲ ਜਿਆ ਪ੍ਰਾਈਜ਼ ਰੱਖਿਆ ਹੋਇਆ ਬੈਚ ਦਾ ਰਾਜੀ ਕਿ ਕੋਈ ਵੀ ਬੱਚਾ ਰਹੇ ਨਾ ਹੈਗਾ ਪੜ੍ਹਾਈ ਮੰਨੂ ਕਿਉਂਕਿ ਆਫਲਾਈਨ ਦਾ ਤੁਹਾਨੂੰ ਪਤਾ ਕਿ 14 14 15 ਤੋਂ 15000 ਫੀਸ ਹੈ ਰਾਜੀ ਠੀਕ ਹੈ ਤੇ ਇਹਦੇ ਜੇ ਤੁਸੀਂ ਰਾਜੀ ਆਪ ਤੋਂ ਤੁਹਾਨੂੰ ਪੀਡੀਐਸ ਸਾਰਾ ਕੁਝ ਮਿਲੂਗਾ ਇਹ ਚ ਜਿਹੜੇ ਪੰਛੀ ਕੋਲੇ ਐਂਡਰੋਇਡ ਫੋਨ ਉਹਨੇ ਇਹ ਐਪ ਡਾਊਨਲੋਡ ਕਰ ਲੈਣੀ ਜਿੰਨਾਂ ਕੋਲੇ ਕਲਾਸ ਪਲੱਸ ਹੈ ਉਹਨਾਂ ਨੇ ਐਪ ਡਾਊਨਲੋਡ ਕਰ ਲੈਣੀ ਹੈ ਜੀ ਨਾਲ ਕੋਡ ਫਿਲ ਕਰਨਾ ਡਬਲ ਐਕਸ ਨਾਮ ਜੇਕਰ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੋਵੇ 78 148 85915 ਦੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਠੀਕ ਹੈ ਜੀ ਆ ਐਪ ਤੋਂ ਆਪ ਦੇਖ ਲਿਓ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਜੇ ਕੋਈ ਕਿਸੇ ਜ਼ਰੂਰਤ ਜ਼ਬਰਦਸਤ ਦੇਖੋ ਹੁਣ ਸਭ ਤੋਂ ਜ਼ਿਆਦਾ ਸਾਰੇ ਇਹ ਪਹਿਲੀ ਗੱਲ ਕਰਦੇ ਆ ਆਪਣੀ ਜਿਹੜੀ ਇਕਾਈ ਦਾ ਨਾਮ ਹੈਗਾ ਨੰਬਰ ਸਿਸਟਮ ਇਹਦੇ ਸਾਨੂੰ 4 ਤੋਂ 5 ਪਾਰਟ ਮਿਲਣਗੇ ਠੀਕ ਹੈ ਜੀ ਦੇਖੋ ਜੀ ਹੁਣ ਆਪਾਂ ਸ਼ੁਰੂ ਤੋਂ ਭਾਗ ਕਰਦੇ ਆਏ ਆ ਸ਼ੁਰੂ ਤੋਂ ਆਪਾਂ ਭਾਗ ਦੇ ਸਵਾਲ ਕੀਤੇ ਆ ਦੇਖੋ ਹੁਣ ਆਪਾਂ ਭਾਗ ਦੇ ਸਵਾਲ ਕਰਦੇ ਹੁੰਦੇ ਆ ਇਸ ਤਰ੍ਹਾਂ ਭਾਗ ਕਰਦੇ ਹੁੰਦੇ ਆ ਜਿਵੇਂ ਤੁਹਾਡੇ ਸਾਹਮਣੇ ਨਿਸ਼ਾਨੀ ਬਣੀ ਹੋਈ ਹੈ ਦੇਖੋ ਜੀ ਜਿਹੜੀ ਦਾ ਵਿਚ ਨਿਸ਼ਾਨੀ ਹੁੰਦੀ ਹੈ ਜਿਹੜੀ ਦਾ ਵਿਚ ਨਿਸ਼ਾਨੀ ਹੁੰਦੀ ਹੈ ਇਹਨੂੰ ਤਾਂ ਕਹਿੰਦੇ ਆਪਾਂ ਡਿਵੀਡੈਂਡ ਡਿਵੀਡੈਂਡ ਦਾ ਮਤਲਬ ਹੁੰਦਾ ਭਾਜ ਠੀਕ ਹੈ ਡਿਵੀਡੈਂਡ ਹੁੰਦਾ ਭਾਜ ਜਿਹੜੇ ਤੇ ਆਪਾਂ ਚੀਜ਼ ਨੂੰ ਵੰਡਦੇ ਹੁੰਨੇ ਆ ਆ ਚੀਜ਼ ਜਿਹੜੀ ਇੱਥੇ ਹੁੰਦੀ ਹੈ ਠੀਕ ਹੈ ਜੀ ਇਨੂੰ ਆਪਾਂ ਕੀ ਕਹਿੰਦੇ ਰਾਜੇ ਇਹਨੂੰ ਆਪਾਂ ਕਹਿੰਦੇ ਕਯੌਟ ਲੈਂਟ ਕਯੌਟ ਲੈਂਟ ਜਿਹੜੋ ਆਪਾਂ ਕਹਿੰਦੇ ਆ ਭਾਗਫਲ ਆਹ ਚੀਜ਼ ਨੂੰ ਆਪਾਂ ਭਾਗਫਲ ਕਹਿੰਦੇ ਆ ਆਹ ਚੀਜ਼ ਨੂੰ ਆਪਾਂ ਭਾਜ ਕਹਿੰਦੇ ਆ ਠੀਕ ਹੈ ਜੀ ਆ ਇੱਕ ਹੀ ਹੈ ਇਹਨੂੰ ਆਪਾਂ ਕੀ ਕਹਿੰਦੇ ਆ ਭਾਜਕ ਇਹਨੂੰ ਆਪਾਂ ਕਹਿੰਦੇ ਆ ਭਾਜਕ ਤੇ ਰਿਮੇਨਡਰ ਨੂੰ ਆਪਾਂ ਕਹਿੰਦੇ ਆ ਬਾਕੀ ਬਸ ਆ ਚੀਜ਼ਾਂ ਮੰਨ ਲਓ ਦੇਖੋ ਰਾਜੇ ਇਹ ਚੀਜ਼ਾਂ ਸਾਰੀਆਂ ਕਲੀਅਰ ਆ ਤੁਹਾਡੇ ਵਾਸਤੇ ਦਸੋ ਕਿ ਸੇ ਕੈਂਡੀਡੇਟਰ ਨੂੰ ਕੀ ਪ੍ਰੋਬਲਮ ਹੋਵੇ ਇਹਦੇ ਵਿੱਚ ਇੱਥੋਂ ਦੇਖ ਕੇ ਕਿਸੇ ਚੋਬਰ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਦੇਖੋ ਜੇ ਹੁਣ ਆਪਾਂ ਆਹ ਵੈਲਿਊ ਕੱਢਣੀ ਹੈ ਮੰਨ ਲਓ ਹੁਣ ਆਪਾਂ ਨੂੰ ਕੁਇਕਸ ਨੇ ਕਿਹਾ ਕਿ ਆਹ ਚੀਜ਼ ਦੱਸੋ ਆਪਾਂ ਨੂੰ ਆਹ ਚੀਜ਼ ਕਿਵੇਂ ਨਿਕਲੂਗੀ ਰਾਜੇ 8 ਦੀ ਗੁਣਾ ਕਰੋ 13 ਨਾਲ ਵਿੱਚ ਇੱਕ ਮੈਂਡਰ ਜੋੜ ਦੋ ਤੇ ਇਹਦੇ 8 ਕਿੰਨੇ ਹੁੰਦੇ ਆ 104 ਉਹਦੇ ਵਿੱਚ ਇੱਕ ਮੈਂਡਰ ਜੋੜਿਆ 105 ਇਸ ਤਰ੍ਹਾਂ ਤੁਸੀਂ ਆਹ ਵੈਲਿਊ ਕੱਢ ਸਕਦੇ ਹੋ ਜੇ ਸਮਝ ਆ ਗਈ ਠੀਕ ਹੈ ਜੀ ਨਹੀਂ ਸਮਝਾਈ ਤਾਂ ਵੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਜਦੋਂ ਅੱਗੇ ਸਵਾਲ ਕਰਾਂਗੇ ਸਾਰੀਆਂ ਗੱਲਾਂ ਤੁਹਾਡੇ ਮੇਰੇ ਦਿਮਾਗ ਦੇ ਵਿੱਚ ਪਾ ਦੂੰਗਾ ਇੱਕ ਵਾਰ ਤੁਸੀਂ ਇਹ ਸਮਝ ਲਓ ਠੀਕ ਹੈ ਜੀ ਡਿਵੀਜ਼ਨ ਨੂੰ ਆਪਾਂ ਕਹਿੰਦੇ ਆ ਭਾਜਕ ਆ ਜਿਹੜੀ ਉੱਪਰ ਚੀਜ਼ ਹੁੰਦੀ ਹੈ ਵੰਡਣ ਵਾਲੀ ਜਿਹਨੂੰ ਆਪਾਂ ਇੱਥੇ ਵੀ ਲਿਖਦੇ ਨੇ ਹੁੰਦੇ ਆ ਠੀਕ ਹੈ ਜੀ ਇਹਨੂੰ ਆਪਾਂ ਕਹਿੰਦੇ ਆ ਭਾਗਫਲ ਜਿਹੜੀ ਵਿੱਚ ਹੁੰਦੀ ਹੈ ਹੁੰਦੀ ਹੈ ਭਾਜ ਸੰਖਿਆ ਤੇ ਜਿਹੜਾ ਬਾਕੀ ਹੁੰਦਾ ਇਹਨੂੰ ਆਪਾਂ ਕਹਿੰਦੇ ਆ ਰਿਮੇਂਡਰ ਆ ਨੀਚੇ ਲਿਖਿਆ ਵੀ ਹੋਇਆ ਇੱਕ ਵਾਰ ਦੇਖ ਸਕਦੇ ਹੋ ਹੁਣ ਆਪਾਂ ਕੁਝ ਹੋਰ ਸੰਖਿਆਵਾਂ ਦੀ ਪਹਿਚਾਣ ਕਰਨ ਮੇਰੇ ਮੈਂ ਇਹ ਕਰਵਾਉਂਗਾ ਬਾਲਾ ਤੁਹਾਨੂੰ ਮੈਂ ਡੀਪਲੀ ਨਹੀਂ ਲੈ ਕੇ ਜਾਂਦਾ ਜਿਹੜੀ ਤੇ ਤੁਹਾਨੂੰ ਪੇਪਰ ਦੇ ਵਿੱਚ ਨੰਬਰ ਵੀ ਲੈ ਸਕਦੇ ਹੋ ਦੇਖੋ ਇੱਕ ਹੁੰਦੀ ਹੈ ਆਪਣੀ ਸਮ ਸੰਖਿਆਵਾਂ ਸਮ ਸੰਖਿਆਵਾਂ ਨੂੰ ਆਪਾਂ ਈਵਨ ਸੰਖ ਈਵਨ ਨੰਬਰ ਵੀ ਕਹਿ ਸਕਦੇ ਆ ਇੱਕ ਹੁੰਦੀ ਹੈ ਵਿਸ਼ਮ ਸੰਖਿਆ ਵਿਸ਼ਮ ਸੰਖਿਆ ਨੂੰ ਆਪਾਂ ਆਡ ਨੰਬਰ ਕਹਾਂਦੇ ਆ ਇੱਕ ਹੁੰਦੀ ਹੈ ਅਪਾ ਸੰਖਿਆ ਜਿਹਨੂੰ ਆਪਾਂ ਪ੍ਰਾਈਮ ਨੰਬਰ ਕਹਿੰਦੇ ਆ ਤਿੰਨਾਂ ਬਾਰੇ ਸਮਝ ਲਓ ਹੋਰ ਕਿਸੇ ਬਾਰੇ ਸਮਝਣ ਲੋੜ ਨਹੀਂ ਹੈ ਛੋਟੇ ਹੁੰਦੇ ਤੁਸੀਂ ਕਲੀ ਜੋਟਾ ਖੇਡਦੇ ਹੁੰਦੇ ਸੀ ਨਾ ਆਪਾਂ ਕਲੀ ਜੋਟਾ ਖੇਡਦੇ ਹੁੰਦੇ ਸੀ ਠੀਕ ਹੈ ਜੀ ਉਹੀ ਚੀਜ਼ ਹੈ ਜਿਹੜੀ ਕੋ ਸਿੰਗਲ ਰਕਮ ਹੁੰਦੀ ਹੈ ਇਹਨੂੰ ਆਪਾਂ ਦੇਖੋ ਜਿਸਤ ਵੀ ਕਹ ਦਿੰਦੇ ਆ ਜਿਸਤ ਸੰਖਿਆ ਸਮ ਸੰਖਿਆ ਈਵਨ ਸੰ ਈਵਨ ਨੰਬਰ ਇਹ ਤਿੰਨੇ ਇੱਕ ਚੀਜ਼ ਦੇ ਨਾਮ ਆ ਗਏ ਵਿਸ਼ਮ ਸੰਖਿਆ ਆਰਡ ਨੰਬਰ ਟਾਂਕ ਸੰਖਿਆਵਾਂ ਇਹ ਤਿੰਨੇ ਕੀ ਚੀਜ਼ਾਂ ਅਪਾ ਸਾਂਖਿਆ ਨੂੰ ਆਪਾਂ ਪ੍ਰਾਈਮ ਨੰਬਰ ਕਹਿ ਦਿੰਦੇ ਆ ਠੀਕ ਹੈ ਜੀ ਜਿਹੜੀਆਂ ਸੰਖਿਆਵਾਂ ਤਾਂ ਰਾਜੇ 2 ਤੇ ਮੰਡੀਆਂ ਜਾਣ ਜਿਹੜੀਆਂ ਸੰਖਿਆਵਾਂ ਤਾਂ 2 ਤੇ ਮੰਡੀਆਂ ਜਾਣ ਉਹਨਾਂ ਨੂੰ ਆਪਾਂ ਕਹਾਂਗੇ ਸਮ ਸੰਖਿਆ ਵੀ ਕਹਿ ਸਕਦੇ ਆ ਈਵਨ ਨੰਬਰ ਵੀ ਕਹਿ ਸਕਦੇ ਆ ਜਿਸਤ ਵੀ ਕਹਿ ਸਕਦੇ ਆ ਜਾਂ ਜੋਟੇ ਵਾਲੀ ਰਕਮ ਵੀ ਕਹਿ ਸਕਦੇ ਆ ਜਿਹੜੀ ਸੰਖਿਆ ਰਾਜੇ 2 ਤੇ ਨਾ ਮੰਡੀ ਜਾਵੇ ਜਿਵੇਂ 3 5 7 9 11 13 15 17 ਇਹ ਸਾਰੇ ਜਿਹੜੇ ਟਾਂਕ ਸੰਖਿਆਵਾਂ ਹੁੰਦੀਆਂ ਨੇ ਠੀਕ ਹੈ ਜਿਹੜਾ ਦੋ ਤੇ ਨਾ ਵੰਡੀਆਂ ਜਾਂਦਾ ਉਹ ਸਾਰੇ ਨੂੰ ਆਪਾਂ ਟਾਂਕ ਸੰਖਿਆਵਾਂ ਵੀ ਕਹਿ ਸਕਦੇ ਆ ਬਿਛੇਵਾਂ ਸੰਖਿਆ ਵੀ ਕਹਿ ਸਕਦੇ ਆ ਔਡ ਨੰਬਰ ਵੀ ਕਹਿ ਸਕਦੇ ਆ ਓਕੇ ਜੀ ਕਲੀਅਰ ਹੈ ਠੀਕ ਹੈ ਹੁਣ ਤੀਜੀ ਤੇ ਆ ਗਿਆ ਆਪਾਂ ਅਭਾਰ ਸੰਖਿਆ ਜਿਹਨੂੰ ਆਪਾਂ ਪ੍ਰਾਈਮ ਨੰਬਰ ਕਹਿੰਦੇ ਆ ਇਟ ਦਾ ਸਭ ਤੋਂ ਪਹਿਲਾਂ ਸਭ ਤੋਂ ਜਿਹੜਾ ਪਰਿਸ਼ਣ ਮੰਨਦਾ ਸਭ ਤੋਂ ਪਹਿਲਾਂ ਸਭ ਤੋਂ ਪੁੱਛਿਆ ਜਾਊਗਾ ਸਭ ਤੋਂ ਛੋਟੀ ਅਪਾਜ ਸੰਖਿਆ ਕਿਹੜੀ ਐ ਤੁਸੀਂ ਕਹਿਣਾ 2 ਪਹਿਲਾਂ ਆਪਣੇ ਇਥੋਂ ਬਣੂਗਾ ਡਾਇਰੈਕਟ ਪੇਪਰ ਦੇ ਵਿੱਚ ਪ੍ਰਸ਼ਨ ਆਊਗਾ ਤੁਹਾਨੂੰ ਸਭ ਤੋਂ ਛੋਟੀ ਅਪਾਜ ਸੰਖਿਆ ਕਿਹੜੀ ਐ ਤੁਸੀਂ ਕਹਿਣਾ 2 ਹੁਣ ਜੋ ਸੰਖਿਆਵਾਂ ਸਿਰਫ ਆਪਣੇ ਆਪ ਤੇ ਹੀ ਵੰਡੀਆਂ ਜਾਣ ਉਹਨਾਂ ਸੰਖਿਆਵਾਂ ਨੂੰ ਅਪਾਜ ਸੰਖਿਆ ਕਿਹਾ ਜਾਂਦਾ ਹੈ 2 ਇੱਕ ਜਹੀ ਸੰਖਿਆ ਹੈ ਜੋ ਅਪਾਜ ਵੀ ਹੈ ਅਤੇ ਸਮ ਵੀ ਹੈ ਦੇਖੋ ਕਿੰਨਾ ਤਾਕੜਾ ਪ੍ਰਸ਼ਨ ਇਥੋਂ ਹੀ ਬਣ ਗਿਆ ਪਹਿਲਾ ਦਾ ਪੇਪਰ ਦੇ ਵਿੱਚ ਤੁਹਾਡੇ ਤੋਂ ਪ੍ਰਸ਼ਨ ਆਊਗਾ ਕਿ ਠੀਕ ਹੈ ਜੀ ਤਾਂ ਹਾਂ ਜੇ ਤੁਹਾਡਾ ਪੇਪਰ ਦੇ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਸੋ ਇਹ ਪੜ੍ਹੂਗਾ ਕਿ ਕਿਹੜੀ ਸੰਖਿਆ ਹੈਗੀ ਉਹ ਸਭ ਤੋਂ ਛੋਟੀ ਭਾਜ ਤੋਂ ਆਪਾਂ ਕਿ ਸਭ ਤੋਂ ਛੋਟੀ ਤੋਂ ਛੋਟੀ ਭਾਜ ਸੰਖਿਆ ਕਿਹੜੀ ਹੈ 2 ਜਾਂ ਸੋ ਤੋਂ ਇਹ ਪੁੱਛਿਆ ਜਾ ਸਕਦਾ ਕਿ 2 ਇੱਕ ਭਾਜ ਸੰਖਿਆ ਹੈਗੀ ਹੈ ਕਿ ਨਹੀਂ ਹੈਗੀ ਦੂਜਾ ਪ੍ਰਸ਼ਨ ਇਸ ਤੋਂ ਬਣ ਸਕਦਾ ਤੁਸੀਂ ਕਹਿੰਦੇ ਨਾ ਹੈ ਤੀਜਾ ਸਭ ਤੋਂ ਪ੍ਰਸ਼ਨ ਬਣ ਸਕਦਾ ਉਹ ਕਿਹੜੀ ਸੰਖਿਆ ਜਿਹੜੀ ਸਮ ਵੀ ਹੈਗੀ ਹੈ ਤੇ ਅਭਾਜ ਵੀ ਹੈਗੀ ਉਹ 2 ਠੀਕ ਹੈ ਹੁਣ ਆਪਾਂ ਨੂੰ ਪ੍ਰਾਈਮ ਨੰਬਰ ਕਿਉਂ ਕਹਿੰਦੇ ਆ ਇਹ ਇਹਦਾ ਜੀ ਜਿਹੜੇ ਪ੍ਰਾਈਮ ਨੰਬਰ ਹੁੰਦੇ ਨੇ ਸਿਰਫ ਆਪਣੇ ਆਪ ਤੇ ਬਣਦੇ ਜਾਂਦੇ ਕਿਸੇ ਪਹਾੜੇ ਦੇ ਵਿੱਚ ਨਹੀਂ ਆਉਂਦੇ ਹੁੰਦੇ ਸਭੋ ਪਹਾੜਾ ਇਹਨਾਂ ਤੋਂ ਸ਼ੁਰੂ ਹੁੰਦਾ ਹੈਗਾ 2 ਆ ਇਕੱਲਾ 2 ਇੱਕ ਇਹਹੀ ਚੀਜ਼ ਹੈ ਜਿਹੜੀ ਸੰਭੀ ਹੈਗਾ ਤੇ ਜਿਹੜੀ ਅਪਾਜ ਵੀ ਹੈਗਾ ਜਾਰੇ ਪਹਾੜੇ ਇਸ ਤੋਂ ਬਣਦੇ ਦੇਖੋ 3 ਰਾਜੀ ਕਿਸੇ ਪਹਾੜੇ ਚ ਆਉਂਦਾ ਨਹੀਂ ਆਉਂਦਾ ਕਿਉਂ ਇਹਦੇ ਤੋਂ ਹੀ ਪਹਾੜਾ ਬਣ ਰਿਹਾ ਹੈਗਾ ਇਹਦਾ ਮਤਲਬ ਇਹ ਇੱਕ ਅਪਾਜ ਸੰਖਿਆ ਹੈਗੀ ਹੈ 5 ਕਿਸੇ ਪਹਾੜੇ ਚ ਆ ਰਿਹਾ ਹੈਗਾ ਨਹੀਂ ਆ ਰਿਹਾ ਇਸ ਤੋਂ ਪਹਾੜਾ ਬਣਦਾ ਸ਼ੁਰੂ ਇਸ ਤੋਂ ਪਹਾੜਾ ਸ਼ੁਰੂ ਹੁੰਦਾ ਹੈਗਾ ਠੀਕ ਹੈ ਟੇਬਲਸ ਕਹਿੰਦੇ ਨੇ ਜਿਹਨੂੰ ਆਪਾਂ ਪਹਾੜੇ ਨੂੰ ਟੇਬਲ ਕਹਿ ਦਿੰਦੇ ਹਾਂ 7 ਤੋਂ 7 ਕਿਸੇ ਪਹਾੜੇ ਚ ਆਉਂਦਾ ਕਿਸੇ ਟੇਬਲ ਚ ਆਉਂਦਾ 7 7 ਨੂੰ 14 7 3 21 ਅਜੇ 7 ਆਉਂਦਾ ਕਿਸੇ ਚ ਨਹੀਂ ਆਉਂਦਾ ਇਹ ਵੀ ਇੱਕ ਅਪਾਸ ਸੰਖਿਆ ਹੈ 8 ਉਹਦਾ ਕਿਸੇ ਪਹਾੜੇ ਚ ਆਉਂਦਾ 4 2 8 ਇਹ ਪ੍ਰਾਈਮ ਨੰਬਰ ਨਹੀਂ ਹੈਗਾ 9 ਕਿਸੇ ਪਹਾੜੇ ਚ ਆਉਂਦਾ ਆਉਂਦਾ 3 3 9 ਇਹ ਵੀ ਇੱਕ ਪਾਸ ਸੰਖਿਆ ਨਹੀਂ ਹੈਗੀ 10 ਕਿਸੇ ਪਹਾੜੇ ਚ ਆਉਂਦਾ ਆਉਂਦਾ 5 2 10 ਇਹ ਵੀ ਪਾਸ ਸੰਖਿਆ ਨਹੀਂ 11 ਕਿਸੇ ਪਹਾੜੇ ਚ ਆਉਂਦਾ 11 ਕਿਸੇ ਪਹਾੜੇ ਚ ਨਹੀਂ ਆਉਂਦਾ ਸੋ 11 ਤੋਂ ਪਹਾੜਾ ਸ਼ੁਰੂ ਹੁੰ 12 ਪ੍ਰਾਈਮ ਨੰਬਰ ਹੈਗਾ ਕਿ ਹੈ ਨਹੀਂ ਹੈ ਨਹੀਂ ਕਿਉਂ 4 3 12 ਇਹ ਕਿਸੇ ਪਹਾੜੇ ਚ ਆਉਂਦਾ ਹੈ 13 ਅਪਾਰ ਸੰਖਿਆ ਹੈਗੀ ਆ ਹੈਗੀ ਹੈ ਜੀ ਕਿਉਂਕਿ ਇਹ ਕਿਸੇ ਪਹਾੜੇ ਚ ਨਹੀਂ ਆਉਂਦੀ ਬਸ ਆਹ ਕਨਸੈਪਟ ਹੁੰਦਾ ਹੈ ਜ ਜਦੋਂ ਤੁਸੀਂ ਇਹ ਨਿੱਕੇ ਨਿੱਕੇ ਗੱਲਾਂ ਸਮਝ ਲਈਆਂ ਕੁਝ ਵੀ ਚੀਜ਼ਾਂ ਨਹੀਂ ਰਹਿ ਗਈਆਂ ਤੁਹਾਡੇ ਅੱਗੇ ਹੋਰ ਇੱਕ ਚੀਜ਼ ਹੋਰ ਸਮਝ ਲਓ ਬਾਸ ਇਸ ਦੋਵਾਰ ਆਪਾਂ ਕਾਈ ਸ਼ੁਰੂ ਕਰ ਦੇਣੀ ਹੈ ਸੰਖਿਆ ਨੂੰ ਸਹੀ ਤਰੀਕੇ ਨਾਲ ਵੰਡਣ ਦਾ ਤਰੀਕਾ ਹੁਣ ਬਹੁਤ ਸੰਖਿਆਵਾਂ ਦਾ ਜਿਹੇ ਜਿਹੇ ਨਾ ਹੁੰਦੀਆਂ ਜਿਹੜੀਆਂ ਆਪ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਆਪਾਂ ਕਿਵੇਂ ਵੰਡੀ ਉਹਨਾਂ ਨੂੰ ਠੀਕ ਹੈ ਜੀ ਧਿਆਨ ਨਾਲ ਦੇਖੋ ਹੁਣ ਆਪਾਂ ਨੂੰ ਪੇਪਰ ਦੇ ਵਿੱਚ ਨੇ ਐਡਿੰਗ ਐਡਿੰਗਾਂ ਰਕਮਾਂ ਦੇ ਦੇਣਗੇ ਰਕਮਾਂ ਦੇਣ ਤੋਂ ਬਾਅਦ ਆਪਾਂ ਨੂੰ ਕੀ ਕਹਿਣਗੇ ਤੁਹਾਨੂੰ ਪਤਾ ਆਪਾਂ ਨੂੰ ਕਹਿਣਗੇ ਦੱਸੋ ਜੀ ਨਾ ਜੋ ਕਿਹੜੀ ਸੰਖਿਆ 2 ਤੇ ਵੰਡੀ ਜਾਂਦੀ ਹੈ ਹੁਣ ਰਾਜੇ ਇੰਨਾ ਟਾਈਮ ਤਾਂ ਆਪਣੇ ਕੋਲੇ ਹੈ ਨਹੀਂ ਕਿ ਚਾਰੇ ਆਪਸ਼ਨ ਚੱਕ ਲਈਏ ਉਹ ਕੱਲੀ-ਕੱਲੀ ਨੂੰ 2 ਤੇ ਵੰਡ ਕੇ ਦੇਖ ਲਈਏ ਉਹ ਤਾਂ ਆਪਣੇ ਕੋਲ ਟਾਈਮ ਹੈ ਨਹੀਂ ਇੰਨਾ ਤਾਂ ਤਾਂ ਆਪਾਂ ਉਹਨੇ ਬਾਅਦ ਥੋੜੇ ਟ੍ਰਿਕਾਂ ਤਿਆਰ ਕੀਤੀਆਂ ਤਾਂ ਉੱਥੇ ਆਪਾਂ ਕਿਵੇਂ ਕਰਨਾ ਰਾਜੇ ਉੱਥੇ ਬਸ ਆਪਾਂ ਇਹ ਦੇਖਣਾ ਕਿ ਜਿਹੜੀ ਸੰਖਿਆ 2 ਤੇ ਵੰਡੀ ਜਾਂਦੀ ਹੋਊਗੀ ਜਿਹੜੀ ਸੰਖਿਆ ਦੋ ਤੇ ਮੱਢੀ ਜਾਂਦੀ ਹੋਊਗੀ ਉਹਦਾ ਜਿਹੜਾ ਇਕਾਈ ਅੰਕ ਹੁੰਦਾਗਾ ਜਿਵੇਂ ਰਾਜੀ ਮੈਂ ਇੱਥੇ ਲਿਖਦਾ ਆਪਾਂ ਮੋਬਾਈਲ ਨੰਬਰੀ ਲਿਖਦਾ ਆਹ ਹੁੰਦਾ ਇਕਾਈ ਅੰਕ ਆਹ ਹੁੰਦਾ ਆਹ ਬਣ ਕੇ ਦਹਾਈ ਅੰਕ ਆਹ ਹੋ ਗਿਆ ਸੈਂਕੜਾ ਆਹ ਹੋ ਗਿਆ ਹਜ਼ਾਰ ਆਹ ਹੋ ਗਿਆ ਦਹ ਹਜ਼ਾਰ ਆਹਦਾ ਸਭ ਤੋਂ ਪੱਤੀ ਹੋਊਗਾ ਹਨਾ ਉਹਦਾ ਇਕਾਈ ਅੰਕ ਚੱਕ ਲੈਣਾ ਪਿਛਲਾ ਪਿਛਲਾ ਇਕਾਈ ਅੰਕ ਚੱਕ ਕੇ ਦੇਖਣਾ ਜੇਕਰ ਕਿਸੇ ਵੀ ਸੰਖਿਆ ਦੇ ਮੰਗਰ ਜ਼ੀਰੋ ਆ ਰਿਹਾ ਹੈ ਇਕਾਈ ਅੰਕ ਦੋ ਆ ਰਿਹਾ ਇਕਾਈ ਅੰਕ 4 ਆ ਰਿਹਾ ਹੈ 6 ਆ ਰਿਹਾ ਹੈ 8 ਆ ਰਿਹਾ ਹੈ ਤਾਂ ਸਮਝ ਲਓ ਰਾਜੀ ਉਹ ਸੰਖਿਆ ਪੂਰੀ ਦੀ ਪੂਰੀ 2 ਤੇ ਵੰਡੀ ਜਾਊਗੀ ਬਸ ਆਪਸ਼ਨ ਦੇ ਵਿੱਚ ਤੁਸੀਂ ਉਹ ਦੇਖ ਲਿਓ ਜਿਹੜੀ ਸੰਖਿਆ ਨੇ ਮਗਰ 0 2 4 6 8 ਆ ਰਿਹਾ ਹੈ ਚੁੱਪ ਕਰਕੇ ਅੱਖਾਂ ਵਿੱਚ ਕਹਿ ਦਿਓ ਕਿ ਉਹ ਵੰਡੀ ਜਾਊਗੀ ਐਗਜ਼ਾਮਪਲ ਆ ਸੰਖਿਆ ਰਾਜੀ ਵੰਡੀ ਜਾਊਗੀ 2 ਤੇ ਆਪਾਂ ਕੀ ਦੇਖਣਾ ਇਕਾਈ ਅੰਕ ਦੇਖਣਾ ਇਹਦਾ ਮਗਰ ਕੀ ਆ 6 ਕ ਆਪਾਂ ਤੁਸੀਂ ਕਹੋਗੇ ਉਹਨੂੰ ਮਾਸਟਰ ਨੇ ਦੱਸਤਾ ਸੀ ਪਹਿਲੇ ਕਿ ਜਿਹੜੀ ਸੰਖਿਆ ਦੇ ਮਾਗਰ 0 2 4 6 8 ਆ ਜੋ 2 ਤੇ ਵੰਡੀ ਜਾਊਗੀ ਇਹਦਾ ਮਤਲਬ ਇਹ ਸੰਖਿਆ 2 ਤੇ ਵੰਡੀ ਜਾਊਗੀ ਮੂਰੋਂ ਦੇਖਣੀ ਲੋੜ ਨਹੀਂ ਇਕਲਾ ਇਕਾਈ ਅੰਕ ਦੇਖ ਲਓ ਇਹ ਦੂਹਰਾ ਅਗਲੀ ਸੰਖਿਆ ਦੇ ਵਿੱਚ ਵੀ ਪਿਛਲਾ ਅੱਖ ਰੇਖੋ ਜੇ ਉਹਨੇ ਕਿਹਾ ਕਿ ਆਹ ਦਸਵਾ ਸੰਖਿਆ ਵੰਡੀ ਜਾਊਗੀ 2 ਤੇ ਆਪਾਂ ਪਿਛਲਾ ਅੱਖ ਦੇਖਣਾ ਹਾਂਜੀ ਇਹ ਤਾਂ ਵੰਡੀ ਜਾਊਗੀ ਕਿਉਂਕਿ ਇਹਦੇ ਮਾਗਰ 4 ਪਿਆ ਹੈਗਾ ਆਹ ਸੰਖਿਆ ਵੰਡੀ ਜਾਊ ਕਿਉਂਕਿ ਇਹਦੇ ਮਾਗਰ 2 ਪਿਆ ਹੈ ਪਰ ਕਿਵੇਂ ਸੁਣੋ ਆਏ ਆਪਸ਼ਨ ਦੇ ਦੇਣਗੇ ਤਿੰਨ ਚਾਰ ਆਪਸ਼ਨ ਦੇ ਕੇ ਕਹਿ ਦਿੰਦੇ ਨੇ ਕਿ ਉਹਨਾਂ ਚ ਇੱਕ ਆਪਸ਼ਨ ਇਹ ਜੀ ਪਾਲਿੰਗੇ ਦੱਸਣ ਦੱਸ ਦੋ ਕਿ ਇਹਨਾਂ ਚੋਂ ਕਿਹੜੀ ਸੰਖਿਆ 2 ਤੇ ਨਹੀਂ ਮੰਡੀ ਜਾਵੇਗੀ ਤਾਂ ਆਪਾਂ ਨੂੰ ਫਿਰ ਕੱਲੀ-ਕੱਲੀ ਦਾ ਦੇਖਣ ਦੀ ਲੋੜ ਨਹੀਂ ਆਪਣੇ ਨੂੰ ਨਾ ਪਤਾ ਕਿ ਜਿਹਦੇ ਮਗਰ 2 4 6 8 0 ਇਹ ਚੀਜ਼ ਆ ਰਹੀ ਹੈ ਉਹ ਤਾਂ ਮੰਡੀ ਚ ਉਹ ਜਿਹਦੇ ਮਗਰ ਇਹ ਚੀਜ਼ ਹੈ ਨਹੀਂ ਉਹ ਮੰਡੀ ਨਹੀਂ ਜਾਂਦੀ ਬਸ ਟਿੱਕ ਲਾ ਕੇ ਆਨਸਰ ਦਾ ਇੱਕ ਨੰਬਰ ਲੈ ਲਓ ਬਸ ਆਪਦਾ ਆ ਚੀਜ਼ ਆ ਇਹ ਹੈਗਾ ਰਾਜੇ ਮੈਥਡ ਚੱਲੂਗਾ ਜਿਹੜੀਆਂ ਸੰਖਿਆਵਾਂ 2 ਤੇ ਮੰਡੀਆਂ ਜਾਣਗੀਆਂ ਇਸ ਤੋਂ ਬਾਅਦ ਆ ਤੁਹਾਡੇ ਵਾਸਤੇ ਇੱਕ ਵਧੀਆ ਤਰੀਕਾ ਕੱਢ ਕੇ ਲੈ ਕੇ ਆਏ ਆ ਸੋਣਿਓ ਸੌਖਾ ਤਰੀਕਾ ਬਹੁਤ ਹੁਣ ਆਪਾਂ ਨੂੰ ਕੀ ਬਾਰੇ ਕਹ ਦੇਣਗੇ ਕਿ ਜੇ ਦੱਸੋ ਕਿਹੜੀ ਸੰਖਿਆ 3 ਤੇ ਵੰਡੀ ਜਾਊਗੀ ਜਾਂ ਕਿਹੜੀ ਸੰਖਿਆ 6 ਤੇ ਵੰਡੀ ਜਾਊਗੀ ਜਾਂ ਕਿਹੜੀ ਸੰਖਿਆ 9 ਤੇ ਵੰਡੀ ਜਾਊਗੀ 3 6 9 ਇਹਨਾਂ ਦੋਨਾਂ ਦਾ ਤਿੰਨਾਂ ਲੈਣਾ ਦਾ 3 6 9 ਇਹਨਾਂ ਦੇ ਜਿਹੜੀ ਸੰਖਿਆ ਵੰਡੀ ਜਾਊਗੀ ਰਾਜ ਤਿੰਨਾਂ ਤੇ ਜਾਂ ਤਾਂ ਤਿੰਨ ਤੇ ਵੰਡੀ ਜਾਵੇ ਜਾਂ 6 ਤੇ ਵੰਡੀ ਜਾਵੇ ਜਾਂ 9 ਤੇ ਵੰਡੀ ਜਾਵੇ ਜਿਹੜੀ ਸੰਖਿਆ ਇਹਨਾਂ ਨਾਲ ਵੰਡੀ ਜਾਊਗੀ ਪੂਰੀ ਦੀ ਪੂਰੀ ਉਹਨਾਂ ਤਿੰਨਾਂ ਦਾ ਇੱਕੋ ਹੀ ਤਰੀਕਾ ਹੈਗਾ ਕਹਿੰਦਾ ਮਤਲਬ ਤਿੰਨ ਸ਼ੋ ਜਿਵੇਂ ਦੋ ਦਾ ਤਰੀਕਾ ਅਲੱਗ ਹੈ ਤਿੰਨ 6 9 ਇਹਨਾਂ ਤਿੰਨਾਂ ਦਾ ਤਰੀਕਾ ਤੁਸੀਂ ਇੱਕ ਵਾਰ ਇੱਕੋ ਹੀ ਤਰੀਕਾ ਹੈ ਤਾਂ ਤਿੰਨਾਂ ਦਾ ਕਿਸੇ ਨੂੰ ਅਲੱਗ-ਅਲੱਗ ਤਰੀਕੇ ਯਾਦ ਕਰਦੇ ਲੋੜ ਨਹੀਂ ਪੈਣੀ ਹੁਣ ਦੱਸੋ ਰਾਜੀ ਕਾਰਨ ਕੀ ਸੇਮੀ ਹੈ ਦੱਸੋ ਹੁਣ ਆਹ ਦੋ ਸੰਖਿਆਵਾਂ ਮੰਗੀਆਂ ਮੈਨੂੰ ਦੱਸੋ ਇਹਨਾਂ ਚ ਕਿਹੜੀ ਸੰਖਿਆ ਜਿਹੜੀ ਤਿੰਨ ਦੇ ਵੰਡੀ ਜਾਊਗੀ ਇਹਦੇ ਵਾਸਤੇ ਤੁਸੀਂ ਕੀ ਕਰਨਾ ਕੁਝ ਨਹੀਂ ਕਰਨਾ ਜਿਵੇਂ ਆਹ ਸੰਖਿਆ ਚੱਕ ਲਈ 75 684 ਇਨੂੰ ਕੀ ਕਰਨਾ ਸਾਰੀ ਸੰਖਿਆ ਨੂੰ ਆਸਰੇ ਵਿੱਚ ਜੋੜ ਦੇਣਾ ਹੈ। ਵਟਾ ਲਾ ਲੈਣਾ ਤਿੰਨ। 8 ਤੇ 4 12 12 ਤੇ 6 18 ਠੀਕ ਹੈ ਜੀ 18 ਤੇ 5 23 23 ਤੇ 7 30 ਵੰਡਿਆ ਗਿਆ। ਇਹਦਾ ਮਤਲਬ ਉਹ ਜਿਹੜੀ ਆ ਸੰਖਿਆ ਹੋ ਤਿੰਨ ਤੇ ਵੰਡੀ ਜਾਊਗੀ। ਇਸ ਤਰ੍ਹਾਂ ਹੀ ਤੁਸੀਂ ਆ ਸੰਖਿਆ ਕੱਟ ਕੇ ਦੇਖ ਲੈਣੀ ਹੈ ਜੇ ਇਹ ਤਿੰਨ ਤੇ ਪੂਰੀ ਪੂਰੀ ਵੰਡੀ ਜਾਂਦੀ ਹੈ ਠੀਕ ਹੈ ਜੀ ਕਿਸੇ ਮਰਜ਼ੀ ਬਾੜੇ ਨਾ ਵੰਡੀ ਜਾਂਦੀ ਹੈ ਫਿਰ ਤਾਂ ਇਹ ਵੰਡੀ ਜਾਊਗੀ ਤਿੰਨ ਤੇ ਜੇ ਇਹ ਨਹੀਂ ਜੋੜ ਪੂਰਾ ਬਣਦਾ ਫਿਰ ਇਹ ਨਹੀਂ ਵੰਡੀ ਜਾਊਗੀ ਇਹੀ ਸੇਮ ਟੂ ਸੇਮ ਪ੍ਰੋਸੈਸ ਆਪਾਂ ਕਰਨਾ 6 ਕੀ ਵਾਲੀ ਜੀ ਦੱਸੋ ਇਹਨਾਂ ਚੋਂ ਕਿਹੜੀ ਸੰਖਿਆ 6 ਤੇ ਵੰਡੀ ਜਾਊਗੀ ਚਲੋ ਮੰਨ ਲਓ ਆਪਾਂ ਚੱਕ ਲੈਂਦੇ ਆ 23 454 ਹੁਣ ਆਪਾਂ ਇਹ ਵੰਡ ਕੇ ਦੇਖਣੀ ਹੈ ਸਾਰੀ ਸੰਖਿਆ ਨੂੰ ਜੋੜ ਲੈਣਾ ਬਟਾਲਾ ਰਹਿਣਾ 6 3 ਤੇ 2 5 5 ਦੇ 4 3 ਤੇ 2 ਦੇ 3 5 5 ਦੇ 4 9 9 ਤੇ 5 14 14 ਦੇ 4 18 18 ਦਾ ਜੀ 6 ਦੇ ਭਾੜੇ ਥੇ 6 18 ਨਾ ਵੰਡਿਆ ਜਾਂਦਾ ਵੰਡਿਆ ਜਾਂਦਾ ਜੀ ਇਹਦਾ ਮਤਲਬ ਹੈ ਜੀ ਆਹ ਸੰਖਿਆ ਵੀ 6 ਨਾਲ ਮੰਡੀ ਜਾਊਗੀ ਬਸ ਆਹੀ ਜੀ ਦੇਖਣੀ ਆਪਾਂ ਤਿੰਨਾਂ ਦਾ ਫਾਰਮੂਲਾ ਤਾਂ ਸੇਮ ਰਾਜੀ ਕਿਉਂਕਿ ਜੇ 1 ਦੇ ਵੰਡੇਗੀ ਜਿਹੜੀ ਸੰਖਿਆ ਤਿੰਨ ਦੇ ਵੰਡੇ ਜੋ 6 ਤੇ ਵੀ ਮੰਡੀ ਜਾਊਗੀ ਉਹ 9 ਤੇ ਵੀ ਮੰਡੀ ਜਾਊਗੀ ਠੀਕ ਹੈ ਜੀ ਹੁਣ ਤੀਸਰੇ ਤੇ ਜਿਹਨਾਂ ਕਿਹੜੀ ਸੰਖਿਆ ਨਾ ਹੋ ਤੇ ਮੰਡੀ ਜਾਵਾਂਗੇ ਚਲੋ ਪਹਿਲੀ ਸੰਖਿਆ ਚੱਕ ਲੈਂਦੇ ਆ ਥੋੜਾ ਜਿਹਾ ਏਡਿੰਗਡਿੰਗ ਆਪਸ਼ਨਾਂ ਚੱਕ ਕੇ ਤਾਂ ਉੱਥੇ ਕਰਨਾ ਆਪਾਂ ਨੂੰ ਔਖਾਗਾ ਤਾਂ ਆਪਾਂ ਆਹੀ ਕਰਾਂਗੇ 7 5 4 6 2 3 ਠੀਕ ਹੈ ਜੀ ਇਹ ਬੰਦ ਕੇ ਲਿਖਣੀ ਹੈ ਨੌ ਤੇ ਅ 6 ਤੇ 4 10 ਹੁੰਦੇ ਆ 10 ਦੇ ਵਿੱਚ 5 ਜੋੜੇ 15 15 ਦੇ ਵਿੱਚ 5 ਜੋੜੇ 20 20 ਤੇ 27 9 ਤੀਆ 27 ਰਈ ਨੰਬਰ ਦੇ ਇਹ ਸੰਖਿਆ ਹੀ ਵੰਡੀ ਜਾਊਗੀ ਨੌ ਤੇ ਆ ਦੂਜੀ ਸੰਖਿਆਵਾਂ ਵਾ ਜਿਹੜਾ ਕੋਈ ਟਾਈਮ ਹੈਗਾ ਆਪਣਾ ਬੰਨ ਕੇ ਦੇਖ ਸਕਦੇ ਹੋ ਠੀਕ ਹੈ ਜੀ ਪਤਾ ਲੱਗ ਗਿਆ ਦੋ ਦਾ ਵੀ ਆਪ ਨੂੰ ਪਤਾ ਲੱਗ ਗਿਆ ਦੋ ਉਹ ਦੋ ਤੇ ਜਿਹੜੀ ਸੰਖਿਆ ਵੰਡੀ ਜਾਊਗੀ ਰਾਜੇ ਉਹਦਾ ਇਕਾਈ ਅੰਕ ਜਿਹੜਾ ਹੋਊਗਾ ਉਹ 0 2 4 6 8 ਜਿਹੜੀ ਸੰਖਿਆ 3 6 ਜਾਂ 9 ਦੇ ਵੰਡੀ ਜਾਊਗੀ ਉਹ ਤੁਸੀਂ ਸਾਰੇ ਸੰਖਿਆ ਦੇ ਜੋੜ ਕੇ ਉਸੇ ਸੰਖਿਆ ਨੇ ਵੰਡ ਕੇ ਦੇਖ ਲੈਣਾਗਾ ਜਿਹੜੀ ਉਹਨੇ ਕਿਹਾ ਹੈਗਾ ਹੁਣ ਪੰਜ ਪੰਜ ਦਾ ਬਿਲਕੁਲ ਹੀ ਸੌਖਾ ਹੈਗਾ ਪੰਜ ਤੇ ਬਿਲਕੁਲ ਮੱਥਾ ਮਾਰ ਦੀ ਲੋੜ ਨਹੀਂ ਜੇਕਰ ਜਿਹੜੀ ਸੰਖਿਆ ਕੋਈ 5 ਤੇ ਪੂਰੀ ਪੂਰੀ ਵੰਡੀ ਜਾਊਗੀ ਉਹਦੀ ਪਛਾਣ ਕਿਵੇਂ ਕੀਤੀ ਜਾਵੇ ਉਹਦੇ ਵਾਸਤੇ ਤੁਸੀਂ ਕੁਝ ਨਹੀਂ ਕਰਨਾ ਕੋਈ ਵੀ ਸੰਖਿਆ ਲਾਜੇ ਉਹਦਾ ਇਕਾਈ ਅੰਕ ਦੇਖ ਲੈਣਾ ਜੇਕਰ ਉਹਦੇ ਇਕਾਈ ਅੰਕ ਦੇ ਪਿੱਛੇ 5 ਜਾਂ 0 ਆ ਰਿਹਾ ਹੈ ਜਾਂ ਤਾਂ 5 ਆ ਰਿਹਾ ਹੈ ਜਾਂ 0 ਆ ਰਿਹਾ ਹੈ ਤਾਂ ਤੁਸੀਂ ਸਮਝ ਲਓ ਕਿ ਇਹ ਸੰਖਿਆ 5 ਤੇ ਪੂਰੀ ਪੂਰੀ ਵੰਡੀ ਜਾਊਗੀ ਠੀਕ ਹੈ ਜੀ ਔਰ ਬਹੁਤ ਬੱਚੇ ਕਹਿਣਗੇ ਜੀ ਸਰ ਇਹ ਸੰਖਿਆ 2 ਤੇ ਵੀ ਵੰਡੀ ਜਾ ਸਕਦੀ ਹੈ ਫਿਰ ਅਜਿਓ ਤੁਸੀਂ ਪੁੱਛਣਗੇ ਕਿ 5 ਦੇ ਕਿਹੜੀ ਵੰਡੀ ਜਾ ਸਕਦੀ ਹੈ ਠੀਕ ਹੈ ਉਹ ਸਾਉ ਤੇ ਔਰ ਇਹ ਦੁਬਾਰਾ ਸੰਖਿਆ ਚਾਰ ਤੇ ਵੰਡੀਆਂ ਜਾਣ ਵਾਲੀਆਂ ਸੰਖਿਆਵਾਂ ਦੀ ਪਛਾਣ ਕਿਵੇਂ ਕਰਾਂਗੇ ਚਾਰ ਤੇ ਅੱਠ ਇਹ ਦੋਵੇਂ ਚੀਜ਼ਾਂ ਸਹੀਆਂ ਕੋਈ ਬਹੁਤਾ ਫਰਕ ਨਹੀਂ ਹੈਗਾ ਇਹਦਾ ਜੋ ਨੀਕੀ ਦਾ ਸਮਝਣ ਵਾਸਤੇ ਪਰ ਧਿਆਨ ਨਾਲ ਦੇਖੋ ਜਿਹੜੀ ਸੰਖਿਆ ਚਾਰ ਤੇ ਵੰਡੀ ਜਾਊਗੀ ਜਿਹੜੀ ਪੂਰੀ ਦੀ ਪੂਰੀ ਉਹ ਆਪਾਂ ਕਿਵੇਂ ਪਤਾ ਲੱਗ ਜਾਊਗਾ ਕਿ ਇਹ ਸੰਖਿਆ ਚਾਰ ਤੇ ਵੰਡੀ ਜਾਂਦੀ ਹੈ ਉਹਦੇ ਵਾਸਤੇ ਤੁਸੀਂ ਕੀ ਕਰਨਾਗਾ ਕੁਛ ਨਹੀਂ ਜਿਵੇਂ ਕੋਈ ਵੀ ਤੁਹਾਨੂੰ ਸੰਖਿਆ ਦੇਤੀ ਇਹਨੂੰ ਇੱਕ ਸੰਖਿਆ ਚੱਕ ਲੈਣਾ ਚਲੋ ਮੰਨ ਲਓ ਆਪਾਂ ਚੱਕ ਲਈ 978132 ਚੱਕ ਲਈ ਸਾਖਿਆ ਆਪਾਂ ਇਹ ਠੀਕ ਹੈ ਜੀ ਇਹ ਸੰਖਿਆ ਚੱਕਣ ਨੂੰ ਬੰਦੇ ਕਹੇ ਕਿ ਜੇਕਰ ਕਿਸੇ ਸੰਖਿਆ ਦਾ ਇਕਾਈ ਅੰਕ ਅਤੇ ਦਹਾਈ ਅੰਕ ਇਕਾਈ ਅੰਕ ਆ ਹੁੰਦਾ ਦਹਾਈ ਅੰਕ ਕੀ ਹੁੰਦਾ ਠੀਕ ਹੈ ਜੀ ਇਹ ਪੂਰੀ ਤਰ੍ਹਾਂ ਚਾਰ ਤੇ ਮੰਡਿਆ ਜਾਵੇ ਤਾਂ ਸੰਖਿਆ ਚਾਰ ਨਾਲ ਪੂਰੀ ਤਰ੍ਹਾਂ ਮੰਡੀ ਜਾਵੇਗੀ ਬਸ ਜੇ ਕੋਈ ਸੰਖਿਆ ਆਪਾਂ ਲਿਖਣੀ ਹੈ ਕਿ ਕਿਹੜੀ ਸੰਖਿਆ ਚਾਰ ਤੇ ਪੂਰੀ ਤਰ੍ਹਾਂ ਮੰਡੀ ਜਾਊਗੀ ਤਾਂ ਜਿੱਡੀ ਮਰਜ਼ੀ ਵੈਲਿਊ ਹੋਵੇ ਭਾਵੇਂ ਤੁਹਾਨੂੰ 20 ਅੰਕਾਂ ਦੀ ਵੈਲਿਊ ਦੇ ਦੇਣ ਭਾਵੇਂ ਤੁਹਾਨੂੰ 100 ਅੰਕਾਂ ਦੀ ਵੈਲਿਊ ਦੇ ਦੇਣ ਕੁਝ ਨਹੀਂ ਕਰਨਾ ਤੁਸੀਂ ਉਸੇ ਰਕਮ ਦੇ ਪਿਛਲੇ ਦੋ ਅੱਖਰ ਚੱਕ ਲੈਣੇ ਆ ਉਹਨਾਂ ਨੂੰ 4 ਤੇ ਵੰਡ ਦੇਣਾ ਜੇ 4 ਤੇ ਉਹ ਸੰਖਿਆ ਵੰਡੀ ਜਾਂਦੀ ਹੈ ਵੰਡੀ ਜਾਂਦੀ ਹੈ ਜੀ 8 4 32 ਇਹਦਾ ਮਤਲਬ ਇਹ ਹੈ ਜਿ ਇਹ ਸੰਖਿਆ ਜਿਹੜੀ ਉਹ 4 ਤੇ ਵੰਡੀ ਜਾਊਗੀ ਦੂਸਰੀ ਐਗਜ਼ਾਮਪਲ ਤੁਸੀਂ ਆਪ ਦੇ ਆਪ ਹੱਲ ਕਰਕੇ ਦੇਖ ਲੈਣੀ ਹੈ ਇਹ ਹੈ ਇਹ ਚੀਜ਼ ਜੇ ਕੋਈ ਸੰਖਿਆ 4 ਤੇ ਵੰਡੀ ਜਾਂਦੀ ਵੰਡਣ ਵਾਲੀ ਦੇਖਣੀ ਹੈ ਤਾਂ ਉਹਦਾ ਕਾਈ ਦੇ ਦਿਖਾਈ ਅੰਕ ਪਿਛਲੇ ਦੋ ਅੱਖਰ ਚੱਕ ਕੇ ਉਸੇ ਬਾਅਦ ਮਾ ਅਤੇ ਉਸੇ ਦਾ ਕਰੇ ਵੰਡ ਕੇ ਦੇਖ ਲੈਣੇ ਠੀਕ ਹੈ ਜੀ ਚਲੋ ਹੁਣ ਆ ਗਈ ਅਗਲੀ ਸੰਖਿਆ ਹੁਣ ਆਪਾਂ ਕਿਹੜੀ ਸੰਖਿਆ 8 ਦੇ ਬੰਨਿਆ ਜਾਣ ਵਾਲੀਆਂ ਸੰਖਿਆਵਾਂ ਚਾਰ ਤੇ 8 ਹੈ ਜਿਹੜੀ ਰਾਜੇ ਇਸ ਥੋੜੇ ਸੇਮ ਹੀ ਹੈ ਮਤਲਬ ਥੋੜਾ ਜਿਹਾ ਫਰਕ ਹੈ ਚਾਰ ਵਾਲੇ ਜਿਹਦਾ ਆਪਾਂ ਕੀ ਚੱਕਣਾ ਸੀ ਇਕਾਈ ਤੇ ਦਹਾਈ ਅੰਕ ਚੱਕਣਾ ਸੀ ਚਾਰ ਵਾਲੇ ਦੇ ਵਿੱਚ ਆਪਾਂ ਕੀ ਚੱਕਣਾ ਸੀ ਇਕਾਈਆਂ ਅੰਕ ਚੱਕਣਾ ਸੀ ਦਹਾਈਆਂ ਅੰਕ ਚੱਕਣਾ ਸੀ ਠੀਕ ਹੈ ਜੀ ਪਰ ਜਿਹੜਾ ਆਪਾਂ 8 ਵਾਲੀ ਤੇ ਪਤਾ ਕਰਨਾ ਇਹ ਜਿਹੜਾ ਜੀ ਇਕਾਈ ਵੀ ਚੱਕਣਾ ਦਹਾਈ ਤੇ ਚੱਕਣੀ ਚੱਕਣਾ ਇਹਦੇ ਇੱਕ ਹੋਰ ਚੱਕ ਲਓ ਸੈਂਕੜਾ ਕਹਿਣਾ ਮਤਲਬ ਜਿਵੇਂ ਆਹ ਵੈਲਿਊ ਦਿੱਤੀ ਹੋਈ ਹੈ ਰਾਜ ਜਿਹਨੇ ਆਪ ਨੂੰ ਦਿੱਤਾ 679 5416 ਇਹ ਸੰਖਿਆ ਕਹਿੰਦੇ ਦੱਸੋ ਕਿ 8 ਤੇ ਮੰਡੀ ਜਾਂਦੀ ਹੈ ਕਿ ਮੰਡੀ ਨਹੀਂ ਜਾਂਦੀ ਤੁਸੀਂ ਕੁਝ ਨਹੀਂ ਦੇਖਣੇ ਦੇ ਵਿੱਚ ਚੁੱਪ ਕਰਕੇ ਇਕਾਈ ਦਹਾਈ ਸੈਂਕੜਾ ਪਿਛਲੇ ਤਿੰਨ ਅੰਕ ਚੱਕ ਲੈ 416 ਚੱਕ ਲਿਆ 416 ਨੂੰ 8 ਤੇ ਵੰਡੋ ਜੋ 416 ਨੂੰ ਵਾਟ ਤੇ ਵੰਡਾਂਗੇ ਰਾਜੇ ਇਹ ਜਾਊਗਾ 8540 8216 ਇਹ 52 ਤੇ ਜਾਊਗਾ ਇਹਦਾ ਮਤਲਬ ਹੈ ਜੇ ਇਹ ਸੰਖਿਆ ਜਿਹੜੀ 8 ਨਾਲ ਵੰਡੀ ਜਾ ਰਹੀ ਹੈ ਓਕੇ ਜੀ ਹੁਣ ਚਲੋ ਚੱਲਦੇ ਹਾਂ 7 ਤੇ ਹੁਣ 7 ਨੂੰ ਕਿਵੇਂ ਵੰਡਾਂਗੇ ਧਿਆਨ ਨਾਲ ਦੇਖਣਾ ਜਿਹੜੀ ਸੰਖਿਆ 7 ਦੇ ਵੰਡੀ ਜਾਊਗੀ ਉਹਦੀ ਪਛਾਣ ਕਿਵੇਂ ਕਰਾਂਗੇ ਹੁਣ ਬਹੁਤ ਬੱਚੇ ਕਹਿਣਗੇ ਸਰ ਜੀ ਬਾਲੀ ਨਹੀਂ ਹੋਗੇ ਰਾਜੇ ਕੁਝ ਨਹੀਂ ਹੈਗਾ 2 ਵਾਲਾ ਤਾਂ ਜਮ ਵੀ ਸੌਖਾ ਹੈ ਜਿਹੜੀ ਸੰਖਿਆ ਦੇ ਮਗਰ 0 2 4 6 8 ਹੁੰਦਾ ਉਹ ਵੰਡੀ ਜਾਊਗੀ ਤਨਸ਼ੇਨ ਨੂੰ ਉਹ ਵਿਜਮਾ ਸੌਖਾਗਾ ਚਾਰ ਵਾਲੇ ਚਕਾਈ ਦਹੀ ਅੰਕ ਚੱਕਣਾਗਾ ਅੱਠ ਵਾਲੇ ਚਕਾਈ ਦਹੀ ਸੈਕੜਾ ਤਿੰਨ ਅੰਕ ਚੱਕਣੇ ਆ ਪੰਜ ਵਾਲੇ ਦੇ ਵਿੱਚ ਪੰਜ ਤੇ ਉਹ ਸੰਖਿਆ ਮਿੰਟ ਜੋ ਜਿਹਦੇ ਮਗਰ ਜ਼ੀਰੋ ਜਾਂ ਪੰਜ ਆਉਂਦਾ ਰਹਿ ਕਿ ਕਿ ਮਗਰ ਆ ਦੋ ਰਹਿ ਗਈਆਂ ਠੀਕ ਹੈ ਜੀ ਹੁਣ ਦੇਖੋ ਜੇਕਰ ਇਕਾਈ ਅੰਕ ਨੂੰ ਛੱਡ ਕੇ ਬਾਕੀ ਬਚੀ ਸੰਖਿਆ ਵਿੱਚੋਂ ਇਕਾਈ ਅੰਕ ਨੂੰ ਦੁੱਗਣਾ ਕਰਕੇ ਘਟਾ ਦਿੱਤਾ ਜਾਵੇ ਠੀਕ ਹੈ ਜੀ ਬਾਦ ਬਚੀ ਸੰਖਿਆ ਸੱਤ ਤੇ ਵੰਡੀ ਜਾਵੇ ਤਾਂ ਉਹ ਸੰਖਿਆ ਸਤਨਾ ਪੂਰੀ ਪੂਰੀ ਤਰ੍ਹਾਂ ਵੰਡੀ ਜਾਊ ਕਿ ਜਿਵੇਂ ਰਾਜੇ ਆਪਣੇ ਕੋਲੇ 882 ਅੰਕ ਹੈ ਠੀਕ ਹੈ ਜੀ 882 ਅੰਕ ਹੈ ਇਹਦੇ ਇਕਾਈ ਅੰਕ ਨੂੰ ਛੱਡ ਦਿਓ ਤੁਸੀਂ ਠੀਕ ਹੈ ਜੀ ਇਕਾਈ ਅੰਕ ਕਿਹੜਾ 2 ਹੈ 2 ਨੂੰ ਛੱਡਤਾ ਫਿਰ ਇਕਾਈ ਅੰਕ ਨੂੰ ਦੁੱਗਣਾ ਕਰਤਾ ਆਪਾਂ ਇਕਾਈ ਅੰਕ ਨੂੰ ਦੁੱਗਣਾ ਕਰਾਂਗੇ ਸਮਝ ਲਓ ਜੀ ਗੁਣਾ ਕਰਾਂਗੇ 2 ਨਾਲ ਇਹ ਬਣ ਜੂ 4 ਦੁੱਗਣਾ ਕਰਕੇ ਆਪਾਂ 82 ਜੋ ਘਟਾ ਦੇਣਾਗਾ ਖਡਾ ਲੈਣਾ ਜਿਹੜਾ ਜੀ ਵੰਡ ਕੇ ਆਪਾਂ 7 ਦੇ ਦੇਖਣਾ 84 ਚੋ 4 ਗੱਡੇ 84 84 ਨੂੰ 7 ਦੇ ਵੰਡੋ ਜੋ 7 ਦੇ ਵੰਡਿਆ ਰਾਜੇ 7 1 1 7 12 ਇਹਦਾ ਮਤਲਬ ਰਾਜੇ ਇਹ ਜਿਹੜਾ 882 ਹੈ ਇਹ 7 ਦੇ ਪੂਰੀ ਤਰ੍ਹਾਂ ਨਾਲ ਵੰਡਿਆ ਜਾਂਦਾ ਹੈ ਉਵੇਂ ਜਿਵੇਂ ਅਖਲਾ 663 ਨੂੰ ਵੰਡਣਾ ਕੀ ਕਿਹਾ ਮੈਂ ਤੁਹਾਨੂੰ ਇਕਾਈ ਅੰਕ ਨੂੰ ਛੱਡ ਦੇਣਾ ਹੈ ਇਕਾਈ ਅੰਕ ਚੱਕ ਲੈਣਾ ਹੈ ਇਕਾਈ ਅੰਕ ਇਕੱਲਾ ਚੱਕ ਲਿਆ ਇਹਨੂੰ ਦੁੱਗਣਾ ਕਰ ਦੇਣਾ ਹੈ ਦੁੱਗਣਾ ਕਰਕੇ ਜਿਹੜੀ ਮੂਲ ਸੰਖਿਆ ਰਹੇਗੀ ਛਾਟ ਰਹੇਗੀ ਉਹਨੇ ਜੋ ਘਟਾ ਦੇਣਾ ਹੈ ਛਾਟ ਦੇ ਵਿੱਚੋਂ 6 ਛੇ ਘਟਾਇਆ 60 60 7 ਦੇ ਭਾੜੇ ਤੇ ਹੁੰਦਾ ਨਹੀਂ ਆਉਂਦਾ ਇਹਨਾਂ ਬਦੌਲ ਰਾਜੇ ਆ ਸੰਖਿਆ ਜਿਹੜੀ ਇਹ ਨਹੀਂ ਮੰਡੀ ਜਾਊਗੀ ਠੀਕ ਹੈ ਜਿੰਨਾ ਮਰਜ਼ੀ ਸਵਾਲ ਆ ਜੇ ਤੁਸੀਂ ਐਂ ਕਰਨਾਗਾ ਚਾਹੇ 10 ਅੰਕਾਂ ਦਾ ਰਾਜੇ ਭਾਵੇਂ 5 ਅੰਕਾਂ ਦਾ ਰਾਜੇ ਭਾਵੇਂ 6 ਅੰਕਾਂ ਦਾ ਜਿਹੜਾ ਸਭ ਤੋਂ ਮੇੜਾ ਰਾਜੇ ਜਿਹੜਾ ਮੋਸਟ ਇੰਪੋਰਟੈਂਟ ਜਿਹੜਾ ਹੁਣ ਤੱਕ ਸਾਰੇ ਪੇਪਰਾਂ 'ਚ ਪਾਇਆ ਗਿਆਗਾ ਮੈਨੂੰ ਨਹੀਂ ਲੱਗਦਾ ਕੋਈ ਪੇਪਰ ਇਹ ਜਾ ਹੋਊਗਾ ਜਿਹਦੇ ਵਿੱਚ ਇਹਨਾਂ ਨੇ ਇਹ ਚੀਜ਼ ਨਾ ਪਾਈ ਹੋਊਗੀ ਚਲੋ 11 ਨਾਲ ਉਹ ਕਿਵੇਂ ਪਤਾ ਕਰਨਾ ਹੈ ਜੇ ਕਿ ਜਿਹੜੀ ਸੰਖਿਆ 11 ਦੇ ਵੰਡਿਆ ਜਾਣਗੀ ਉਹਨਾਂ ਦਾ ਕਿਵੇਂ ਪਤਾ ਕਰਨਾ 11 ਦੇ ਵੰਡਿਆ ਜਾਣ ਵਾਲੀਆਂ ਸੰਖਿਆਵਾਂ ਦੀ ਪਛਾਣ ਕਰਨੀ ਹੈ ਤਾਂ ਇੰਨਾ ਵਿੱਚੋਂ ਕਲੀ ਅਤੇ ਝੋਟੇ ਵਾਲੇ ਸਥਾਨ ਤੋਂ ਸੰਖਿਆ ਚੁੱਕ ਕੇ ਉਹਨਾਂ ਦਾ ਅੰਤਰ ਪਤਾ ਕਰੋ ਜੇਕਰ ਅੰਤਰ 0 ਜਾਂ 11 ਦੇ ਵੰਡਿਆ ਜਾਂਦਾ ਹੈ ਤਾਂ ਉਹ ਸੰਖਿਆ 11 ਦੇ ਪੂਰੀ ਪੂਰੀ ਤਰ੍ਹਾਂ ਨਾਲ ਵੰਡੀ ਜਾਊਗੀ ਹੁਣ ਦੇਖੋ ਰਾਜੀ ਹੁਣ ਇਹ ਚੀਜ਼ ਧਿਆਨ ਨਾਲ ਸਮਝਣੀ ਹੈ 80 16 45 92 ਠੀਕ ਹੈ ਜੀ ਇਹ ਚੀਜ਼ਾਂ ਨਹੀਂ ਆ ਹੁਣ ਤੁਸੀਂ ਜਿੱਥੋਂ ਮਰਜ਼ੀ ਚੱਕ ਸਕਦੇ ਹੋ ਜਿੱਥੇ ਤੁਹਾਡਾ ਦਿਲ ਕਰਦਾ ਪਰ ਜਾਣਾ ਪਊ ਅਸੀਂ ਸੀਰੀਜ਼ ਚ ਪਊਗਾ ਮੰਨ ਲਓ ਆਪਾਂ ਪਹਿਲੀ ਤੋਂ ਚੱਕ ਲਿਆ ਨਿਸ਼ਾਨੀਆਂ ਲਾ ਦੋ ਚੀਜ਼ਾਂ ਥੱਲੇ ਠੀਕ ਹੈ ਜੀ ਹੁਣ ਇਹਨੂੰ ਇੱਕ ਪਾਸੇ ਲਿਖ ਲਓ 8 ਜਿਹੜੀ ਜਿਹੜੀ ਸਾਰੇ ਨਿਸ਼ਾਨੀ ਲਾਈ ਆ 1 4 9 ਬਚਾੜੇ ਲਾ ਦੋ ਮਾਈਨਸ ਮਾਈਨਸ ਫਾਰਮੂਲੇ ਦੇ ਵਿੱਚ ਆਗੇ ਦੂਜੇ ਪਾਸੇ ਜਿੰਨਾਂ ਥੱਲੇ ਨਿਸ਼ਾਨੀ ਨਹੀਂ ਲਾਈ ਸੀ ਮੁਰ ਕੇ ਉਹਨਾਂ ਨੂੰ ਤਾਰ ਲਓ ਠੀਕ ਹੈ ਜੀ ਤਾਰ ਲਿਆ ਉਹਨਾਂ ਨੂੰ ਜੋੜ ਦੋ ਆਪਸ ਦੇ ਵਿੱਚ 9 ਤੇ 10 10 18 22 5 ਦੇ 6 6 12 ਬਾਈਆਂ ਦੇ ਵਿੱਚੋਂ 12 ਗੱਡੇ 0 1 ਕਿੰਨਾ ਆ ਗਿਆ ਰਾਜੇ 10 ਠੀਕ ਹੈ 10 11 ਦੇ ਵੱਡਿਆ ਜਾਂਦਾ ਨਹੀਂ ਵੱਡਿਆ ਜਾਂਦਾ ਇਹਦਾ ਮਤਲਬ ਰਾਜੇ ਆ ਸੰਖਿਆ ਜਿਹੜੀ ਹੈਗੀ ਇਹ 11 ਤੇ ਵੰਡੀ ਨਹੀਂ ਜਾ ਰਹੀ ਹੁਣ ਦੂਜੀ ਉਪਚ ਦੂਜੀ ਐਗਜ਼ਾਮਪਲ ਚੱਕ ਲੈਂਦੇ ਆ ਦੀ 970 69 ਹੁਣ ਐਡੀ ਕਿਹੜੀਆਂ ਸਖਿਆਵਾਂ ਵਾਲਾ ਜੀ ਆਪਾਂ ਜੈਨੂਅਲ ਤਰੀਕੇ ਨਾਲ ਕਰਦੇ ਫਿਰ ਤਾਂ ਆਪਾਂ ਪਾਸ ਕੋਈ ਖੜੇ ਸੀ ਠੀਕ ਹੈ ਜੀ ਚਲੋ ਕੋਈ ਨਿਸ਼ਾਨੀ ਲਾ ਲਓ ਠੀਕ ਹੈ ਜੀ ਉਹਨੂੰ ਲੱਗ ਚੱਕ ਲੋ 2 6 7 6 ਫਾਰਮੂਲੇ ਜਮੈਂਸ 3 9 0 9 ਠੀਕ ਹੈ ਜੀ ਇਹੀ ਚੀਜ਼ ਬਣ ਰਹੀ ਹੈ ਨਾ ਠੀਕ ਹੈ ਜੀ ਤੇ 6 ਤੇ 2 6 ਤੇ 2 8 8 ਦੇ ਵਿੱਚ 6 ਜੋੜੇ 14 14 ਦੇ ਵਿੱਚ 7 ਜੋੜੇ 21 ਮਾਈਨਸ 9 18 19 ਵੀ 21 ਇਧਰ ਵੀ 21 ਆ ਗਏ ਜਿਹਨੂੰ 21 ਦੇ ਕਿਹੜੇ 0 ਤਾਂ ਇਹਦਾ ਮਤਲਬ ਹੈ ਜੇ ਇਹ ਸੰਖਿਆ 11 ਦੇ ਵੰਡਿਆ ਜਾਊਗੀ ਠੀਕ ਹੈ ਜੀ ਜੇਕਰ ਅੰਤਰਾ ਜੇ ਜ਼ਿਆਦਾ 0 ਆ ਜੇ ਜਾਂ ਅੰਤਰ ਉਹ ਆ ਜੇ ਜਿਹੜਾ 11 ਦੇ ਪੂਰੀ ਪੂਰੀ ਤਰ੍ਹਾਂ ਨਾ ਵੰਡਿਆ ਜਾਊਗਾ ਤਾਂ ਉਹ ਸੰਖਿਆ 11 ਦੇ ਵੰਡਣਯੋਗ ਹੁੰਦੀ ਹੈ ਬਾਸ ਰਾਜੇ ਆਹ ਚੀਜ਼ ਤੁਸੀਂ ਪਤਾ ਕਰ ਲਈ ਸੀ ਔਰ ਕੁਝ ਨਹੀਂ ਪਤਾ ਕਰਦਾ ਸੀ ਬਸ ਇਤੋਂ ਤੱਕ ਜਿੰਨਾ ਕੁਝ ਵੀ ਤੁਹਾਨੂੰ ਕਰਵਾਇਆਗਾ ਸਭ ਤੋਂ ਪਹਿਲਾਂ ਤਾਂ ਰਾਜੀ ਨੇ ਤੁਹਾਨੂੰ ਕੀ ਦੱਸਿਆਗਾ ਭਾਗ ਦੀਆਂ ਦੱਸਣਗੇ ਕਿ ਆ ਭਾਗ ਹੁੰਦੀ ਹੈ ਜੀ ਆ ਭਾਜਕ ਹੁੰਦਾ ਭਾਗਫਲੋਂ ਦਾ ਰਿਮਾਈਂਡਰ ਹੁੰਦਾ ਬਿਲਕੁਲ ਜ਼ੀਰੋ ਲੈਵਲ ਤੋਂ ਇਧੂ ਉੱਤੇ ਕੁਝ ਨਹੀਂ ਹੈਗਾ ਦੂਜੀ ਦੇ ਤੁਹਾਨੂੰ ਮੈਂ ਦੱਸਿਆ ਕਿ ਕਿਵੇਂ ਆਪਾਂ ਪਤਾ ਕਰ ਸਕਦੇ ਹਾਂ ਕਿ ਕਿਹੜੀ ਚੀਜ਼ ਦੋ ਤੇ ਸਮ ਸੰਖਿਆਵਾਂ ਕਿਹੜੀਆਂ ਹੈਗੀਆਂ ਈਵਨ ਸੰਖਿਆਵਾਂ ਕਿਹੜੀਆਂ ਪ੍ਰਾਈਮ ਨੰਬਰ ਕਿਹੜੇ ਹੈਨਾ ਉਹ ਦੱਸਿਆ ਤੁਹਾਨੂੰ ਮੈਂ ਤੀਜਾ ਮੈਂ ਤੁਹਾਨੂੰ ਦੱਸਿਆਗਾ ਕਿ 2 ਤੇ ਸੰਖਿਆਵਾਂ ਕਿਵੇਂ ਵੱਡੀਆਂ ਜਾ ਸਕਦੀਆਂ 3 6 9 ਵਾਲੇ 9 ਦੇ ਸੰਖਿਆਵਾਂ ਕਿਵੇਂ ਪਤਾ ਲੱਗਣਗੇ ਪੂਰੀਆਂ ਵੱਡੀਆਂ ਜਾ ਸਕਦੀਆਂ 5 ਤੇ ਕਿਵੇਂ ਪਤਾ ਲੱਗੂ 7 ਤੇ ਕਿਵੇਂ ਪਤਾ ਲੱਗੂ 4 ਤੇ ਕਿਵੇਂ 8 ਤੇ ਕਿਵੇਂ ਤੇ 11 ਤੇ ਕਿਵੇਂ ਠੀਕ ਹੈ ਜੀ ਹੋਰ ਅਜਿਹੇ ਸਵਾਲ ਜਿਹੜੇ ਤੁਹਾਨੂੰ ਇਹ ਜਿਹੇ ਪੇਪਰ ਦੇ ਵਿੱਚ ਆਉਂਦੇ ਆ ਉਹਦੇ ਵਾਸਤੇ ਆਪਾਂ ਇੱਕ ਤਰੀਕਾ ਕੱਢਿਆ ਹੋਇਆ ਜਿਹਨੂੰ ਆਪਾਂ ਕਹਿੰਦੇ ਆ ਬੌਡਮਾਸ ਬੌਡਮਾਸ ਮੈਥ ਦੇ ਵਿੱਚ ਜੇਕਰ ਤੁਸੀਂ ਸਿੰਪਲ ਜੋੜ ਘਟਾਓ ਵੀ ਕਰਨੀ ਹੈ ਨਾ ਇਹਦਾ ਜੀ ਜੇਕਰ ਤੁਹਾਨੂੰ ਆਹ ਤਰੀਕਾ ਨਹੀਂ ਪਤਾ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਕੁਝ ਵੀ ਕਦੇ ਵੀ ਰਾਜੇ ਆਪਾਂ ਨੂੰ ਆ ਚੀਜ਼ਾਂ ਯਾਦ ਕਰ ਲਓ ਮੰਨ ਲਓ ਜੇ ਆਪਾਂ ਨੂੰ ਕੋਈ ਸਵਾਲ ਦਿੱਤਾ ਉਹਨਾਂ ਨੇ ਠੀਕ ਹੈ ਸਵਾਲ ਆਪਾਂ ਮਾਗਰੂ ਦੇਖਦੇ ਆ ਆ ਪੇਥਲੇ ਕਦੇ ਸਵਾਲ ਦੇਖ ਲਓ ਇੱਕ ਵਾਰੀ ਤੁਹਾਨੂੰ ਦਿਖਾਈ ਦੇ ਰਿਹਾ ਹੈਗਾ ਆਥਲੇ 2 ਨੰਬਰਾਂ ਦਾ ਆ ਪਈ ਹੈ ਠੀਕ ਹੈ ਇਹ ਦੇਖੋ ਜਦੋਂ ਵੀ ਕਿਤੇ ਕੋਈ ਆਪਾਂ ਸਵਾਲ ਹੱਲ ਕਰਨਾ ਸਭ ਤੋਂ ਪਹਿਲਾ ਸਵਾਲ ਜੇ ਆਪਾਂ ਬ੍ਰੈਕਟ ਹੱਲ ਕਰ ਲਈਏ ਤਿੰਨਾਂ ਦੇ ਵਿੱਚੋਂ ਜਿਹੜੀ ਬਰੈਕਟ ਵੀ ਹੈਗੀ ਉਹ ਆਪਾਂ ਹੱਲ ਕਰ ਦੇਣੀ ਆ ਸਭ ਤੋਂ ਪਹਿਲਾਂ ਬਰੈਕਟ ਨੂੰ ਹੱਲ ਕਰਨਾ ਆਪਾਂ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਕਿਹੜੀ ਬਰੈਕਟ ਨੂੰ ਹੱਲ ਕਰਨਾ ਹੁੰਦਾ ਆਪਾਂ ਜਿਹੜੀ ਆ ਪਈ ਹੈ ਜਿਹੜੀ ਆ ਪਈ ਹੈ ਆ ਬਰੈਕਟ ਨੂੰ ਸਭ ਤੋਂ ਪਹਿਲਾਂ ਆਪਾਂ ਹੱਲ ਕਰਨਾ ਹੁੰਦਾਗਾ ਆਪ ਬਰੈਕਟ ਨੂੰ ਠੀਕ ਹੈ ਜੀ ਦੂਜੇ ਨੰਬਰ ਤੇ ਆਪਾਂ ਹੱਲ ਕਰਨਾ ਦਾ ਓ ਦਾ ਮਤਲਬ ਹੈਗਾ ਰਾਜੀ ਆਫ ਜਾਂ ਕਿਤੇ ਆਫ ਹੋਵੇ ਜਾਂ ਕਿਤੇ ਸਕੁਅਰ ਹੋਵੇ ਆਫ ਨੂੰ ਪੰਜਾਬੀ ਦੇ ਵਿੱਚ ਦਾ ਕਹਿੰਦੇ ਨੇ ਹਿੰਦੀ ਦੇ ਵਿੱਚ ਆਫ ਨੂੰ ਕਾ ਕਹਿੰਦੇ ਆ ਤੇ ਇਹਦਾ ਮਤਲਬ ਹੁੰਦਾ ਹੈ ਜੀ ਗੁਣਾ ਇਹਦਾ ਮਤਲਬ ਤੋਂ ਗੁਣਾ ਮਤਲਬ ਜੇ ਮੈਂ ਇੱਥੇ ਲਿਖਦਾ 10 ਆਫ 5 ਇਹਦਾ ਮਤਲਬ ਕੀ ਹੈਗਾ 10 5 ਠੀਕ ਹੈ ਜੀ ਆਫ ਦਾ ਮਤਲਬ ਜਾਂ ਆਫ ਦੀ ਸਾਥੇ ਦਾ ਲਿਖਿਆ ਜੀ ਜਾਂ ਕਾ ਲਿਖਿਆ ਜੀ ਹਿੰਦੀ ਚ ਇਹਦਾ ਤਿੰਨਾਂ ਦਾ ਇੱਕ ਹੀ ਮਤਲਬ ਹੁੰਦਾ ਹੈ ਠੀਕ ਹੈ ਜੀ ਪਹਿਲ ਨੰਬਰ ਤੇ ਆਪਾਂ ਬਰੈਕਟ ਨੂੰ ਹੱਲ ਕਰਨਾ ਹੁੰਦਾ ਦੂਜੇ ਨੰਬਰ ਤੇ ਆਪਾਂ ਆਫ ਨੂੰ ਹੱਲ ਕਰਨਾ ਹੁੰਦਾ ਆਫ ਦਾ ਮਤਲਬ ਹੁੰਦਾ ਗੁਣਾ ਠੀਕ ਹੈ ਜੀ ਤੇ ਤੀਜੇ ਨੰਬਰ ਤੇ ਆਪਾਂ ਹੱਲ ਕਰਨਾ ਹੁੰਦਾਗਾ ਡਿਵੀਜ਼ਨ ਡਿਵੀਜ਼ਨ ਮਤਲਬ ਦਾ ਭਾਗ ਨੂੰ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਹੱਲ ਕਰਨਾ ਹੁੰਦਾ ਗੁਣਾ ਨੂੰ ਇਸ ਤੋਂ ਬਾਅਦ ਆਪਾਂ ਹੱਲ ਕਰਨਾ ਹੁੰਦਾ ਜੋੜ ਨੂੰ ਐਂਡ ਤੇ ਜਮਾ ਪਚਕੜੀ ਹੁੰਦੀ ਹੈ ਮਾਈਨਸ ਇਹ ਨਹੀਂ ਹੈ ਕਿ ਆਪਦੀ ਮਰਜ਼ੀ ਨਾਲ ਕਿਸੇ ਦਾ ਮਰਜ਼ੀ ਚਾਕੇ ਭਾਗ ਕਰ ਦਿਓ ਕਿਸੇ ਦਾ ਚਾਕੇ ਮਾਈਨਸ ਕਰ ਦਿਓ ਕੁਝ ਨਹੀਂ ਕਰਨਾ ਆਪਾਂ ਬੌਡਮਾਸ ਦੇ ਤਰੀਕੇ ਨਾਲ ਚੱਲ ਕਰਨਾ ਹੈਗਾ ਬੌਡਮਾਸ ਯਾਰ ਕਹ ਲਓ ਬੀ ਦਾ ਮਤਲਬ ਬ੍ਰੈਕਟ ਉਹਦਾ ਮਤਲਬ ਆਫ ਡੀ ਦਾ ਮਤਲਬ ਡਿਵਾਈਡ ਐ ਮਤਲਬ ਮਲਟੀਪਲੀਕੇਸ਼ਨ ਏ ਦਾ ਮਤਲਬ ਐਡੀਸ਼ਨ ਮੈਨੇ ਜੋੜਨਾ ਹੁੰਦਾ ਸਬਟ੍ਰੈਕਸ਼ਨ ਮੈਨੇ ਘਟਾਉਣਾ ਹੁੰਦਾ ਠੀਕ ਹੈ ਜੀ ਚਲੋ ਹੁਣ ਆਪਾਂ ਹੱਲ ਕਰਦੇ ਆਂ ਪਹਿਲਾ ਸਵਾਲ ਆ ਜਿੱਦਾਂ ਆਪਣਾ ਠੀਕ ਹੈ ਜੀ ਦੋਸਤੋ ਰਾਜੇ ਨੂੰ ਕਿਸ ਤਰ੍ਹਾਂ ਹੱਲ ਕਰਾਂਗੇ ਇਹੇ ਜਿਹੇ ਸਵਾਲ ਦਿੱਤੇ ਆਪਾਂ ਨੂੰ ਇਹਦੇ ਵਿੱਚ ਆਪਣਾ ਮੇਨ ਪਰਪਸ ਕੀ ਆ ਆਪਾਂ ਨੂੰ ਕਹਿੰਦੇ ਆਹ ਚੀਜ਼ ਪਤਾ ਕਰਨੀ ਆ ਕਿਹੜੀ ਚੀਜ਼ ਪਤਾ ਕਰਨੀ ਆ ਇਹ ਚੀਜ਼ ਪਤਾ ਕਰਨੀ ਆ ਇਹ ਚੀਜ਼ ਨੂੰ ਕਿਵੇਂ ਪਤਾ ਕਰਨਾ ਆਪਾਂ ਉਹ ਦੱਸਦੇ ਸਭ ਤੋਂ ਪਹਿਲਾਂ ਤਾਂ ਰਾਜੇ ਆਪਾਂ ਕੀ ਕਰਨਾਗਾ ਸਾਰੀਆਂ ਸੰਖਿਆਵਾਂ ਲਿਖਣੀ ਹੈ ਦੇਖੋ ਅਬ ਮੈਂ ਤੁਹਾਨੂੰ ਕੀ ਪੜ੍ਹ ਗਿਆ ਬੌਡ ਆਨ ਮਾਸ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਕੀ ਚੱਕਾਂਗੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਹੱਲ ਕਰਾਂਗੇ ਭਾਗ ਦਾ ਕਿਵੇਂ ਹੱਲ ਕਰਾਂਗੇ ਦੇਖੋ 16 12 ਲਿਖ ਲਿਆ ਮਾਈਨਸ 672 ਲਿਖ ਲਿਆ ਜਦੋਂ ਵੀ ਰਾਜੇ ਆਪਾਂ ਕੋਈ ਵੀ ਭਾਗ ਦੀ ਨਿਸ਼ਾਨੀ ਖਤਮ ਕਰਨੀ ਹੋਵੇ ਜਦੋਂ ਵੀ ਆਪਾਂ ਕੋਈ ਵੀ ਕਦੇ ਭਾਗ ਦੀ ਨਿਸ਼ਾਨੀ ਖਤਮ ਕਰਨੀ ਹੋਵੇ ਤਾਂ ਉਹ ਰੱਖ ਨੂੰ ਉਲਟਾ ਦੇ ਦਫਤ ਅਸਲ ਦੇ ਵਿੱਚ ਇਹ ਹੈਗੀ ਆ ਭਾਗ 21 ਜਿਦੋਂ ਆਪਾਂ ਇਹਨੂੰ ਗੁਣਾ ਦੇ ਵਿੱਚ ਬਦਲਦਾ ਤਾਂ ਇਹਦਾ ਬਣ ਜੂਗਾ 1/21 ਇਹਦਾ ਬਣ ਜੂਗਾ 1/21 ਮਤਲਬ ਹੁਣ 21 ਆ ਸਮਝੋ ਇਸ ਤਰ੍ਹਾਂ ਹੋਊਗੀ ਇਹ ਸੰਖਿਆ ਹੁਣ ਕੋਈ ਵੀ ਸੰਖਿਆ ਹੁੰਦੀ ਹੈ ਤੁਸੀਂ ਇਕ ਮੰਨ ਲ ਕੇ ਚੱਲਿਆ ਕਰੋ ਕਿ 1 ਹੈਗਾ ਇਸ ਤਰ੍ਹਾਂ ਹੋਊਗੀ ਕੋਈ ਵੀ ਸੰਖਿਆ ਠੀਕ ਹੈ ਜੀ ਜੇ ਆਪਾਂ ਭਾਗ ਦੇ ਨਿਸ਼ਾਨੀ ਖਤਮ ਕਰਨੀ ਹੈ ਤਾਂ 1/21 ਕਰ ਲਓ ਬਰਾਬਰ ਉਵੇਂ ਜਿਵੇਂ ਲਿਖ ਦੋ ਠੀਕ ਹੈ ਜੀ ਕਵੈਸਚਨ ਮਾਰਕ 211 ਹੁਣ ਰਾਜੀ ਦੇਖੋ ਸਭ ਤੋਂ ਪਹਿਲਾਂ ਇਹ ਦੋਵਾਰ ਭਾਗ ਦੇ ਨਿਸ਼ਾਨ ਨੂੰ ਉਲਟ ਕਰਕੇ ਆਪਾਂ ਗੁਣਾ ਬਣਾਤੀ ਇਹਦਾ ਮਤਲਬ ਇਹਨਾਂ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਆਹ ਚੀਜ਼ ਹੱਲ ਕਰਾਂਗੇ ਫਿਰ ਆਪਾਂ ਅੱਗੇ ਵਧਾਂਗੇ ਠੀਕ ਹੈ ਨਾ ਮੈਂ ਦੇਖੋ ਰਾਜੀ ਮੈਂ ਬਿਲਕੁਲ ਬੇਸਿਕ ਲੈਵਲ ਤੋਂ ਲੈ ਕੇ ਚੱਲੂੰਗਾ ਤੇ ਕਿਸੇ ਵੀ ਬੱਚੇ ਨੇ ਜੀ ਸਕਿਪ ਨਹੀਂ ਕਰਨੀ ਚਾਹੀਏ ਉਹ ਬੱਚਾ ਪੜ੍ਹਾਈ ਦੇ ਵਿੱਚ ਮੈਥ ਨੂੰ ਪੂਰਾ ਹੀ ਹੁੰਦਾ ਕੱਟੇ ਗਏ ਇਹ ਗਿਆ 32 ਦੇ ਕੱਟਿਆ ਹੁਣ ਰਕਮ ਛੋਟੀ ਹੋ ਗਈ ਹੁਣ ਲਿਖ ਲਓ 16 ਗੁਣਾ 12 ਮਾਈਨਸ 32 ਕੁਐਸਚਨ ਮਾਰਕ ਜਿਹੜਾ ਆਪਾਂ ਪਤਾ ਕਰਨਾ 211 ਹੁਣ ਆਪਾਂ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਹੱਲ ਕਰਾਂਗੇ ਸੋਹਣਿਓ ਹੁਣ ਆਪਾਂ ਇਹਨਾਂ ਦੇ ਵਿੱਚੋਂ ਹੱਲ ਕਰਾਂਗੇ ਗੁਣਾ ਇਸ ਤੋਂ ਬਾਅਦ ਗੁਣਾ ਭਾਗ ਤੋਂ ਬਾਅਦ ਆਪਾਂ ਕੀ ਹੱਲ ਕਰਾਂਗੇ ਗੁਣਾ ਗੁਣਾ ਤੋਂ ਬਾਅਦ ਪਲੱਸ ਤੇ ਪਲੱਸ ਨਹੀਂ ਹੈਗਾ ਫਿਰ ਮਾਈਨਸ 16 ਗੁਣਾ 12 ਕਰੋ ਜੋ 16 ਗੁਣਾ 12 ਕਰਾਂਗੇ ਰਾਜੀ ਇਹ ਆਜੂਗਾ ਆਪਣੇ ਕੋਲ 192 192 ਮਾਈਨਸ 32 ਕੁਐਸਚਨ ਮਾਰਕ 211 ਠੀਕ ਹੈ ਜੀ 192 ਦੇ ਵਿੱਚੋਂ ਆਪਾਂ 32 ਘਟਾ ਲੰਨੇ ਆ। ਇੱਧਰ ਬਣ ਜੂਗਾ 160 ਇੱਧਰ ਕੁਐਸਚਨ ਮਾਰਕ 211 ਠੀਕ ਹੈ ਜੀ ਹੁਣ ਆਪਾਂ ਕੀ ਕਰਦੇ ਆਂ ਕੁਐਸਚਨ ਮਾਰਕ ਪਤਾ ਕਰਨਾ 160 ਹੋਮੇਂ ਜਵੇਂ ਲਿਖ ਲਓ ਇੱਧਰ ਠੀਕ ਹੈ ਜੀ ਜੋ 211 ਮੈਂਸ 211 ਜਿਹੜਾ ਇੱਧਰ ਆਊਗਾ ਇਹ ਪਲੱਸ ਦਾ 211 ਬਣ ਜੂਗਾ ਕੁਐਸਚਨ ਮਾਰਕ ਇੱਧਰ ਹੀ ਰਹਿ ਜੂਗਾ ਇਹੀ ਆਪਾਂ ਪਤਾ ਕਰਨਾ ਹੈ ਠੀਕ ਹੈ ਜੀ ਜੋ 160 ਪਲੱਸ 211 ਜਿਹੜਾ ਆਪਾਂ ਜੋੜਾਂਗੇ ਇਹਦਾ ਸਾਰੇ ਦਾ ਜੋੜ ਆ ਜਾਊਗਾ ਆਪਣੇ ਕੋਲੇ 371 ਤੇ ਆਪਣਾ অপਸ਼ਨ ਨੰਬਰ 1 ਅਨਸਰ ਆ ਗਿਆ ਡੀ ਨੰਬਰ অপਸ਼ਨ ਇਸ ਤਰ੍ਹਾਂ ਇਹ ਸੰਖਿਆਵਾਂ ਮਾ ਕ੍ਰਿਟਰੀਆ ਹੁੰਦੀਆਂ ਨੇ ਠੀਕ ਹੈ ਜੀ ਪਰ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਸੰਖਿਆ ਕਿਵੇਂ ਕੱਟੀਆਂ ਜਾਂਦੀਆਂ ਹੁੰਦੀਆਂ ਤਾਂ ਕਰਕੇ ਆਪਾਂ ਇਹ ਚੀਜ਼ਾਂ ਦੇ ਵਿੱਚ ਉਲਝੇ ਜਾਂਦੇ ਹਾਂ ਹੁਣ ਆਪਾਂ ਚੱਲਦੇ ਹਾਂ ਅਗਲੇ ਸਵਾਲ ਉੱਤੇ ਕੋਣ ਦੇਖੋ ਜੀ ਇਹ ਸਵਾਲ ਵੀ ਆਪਾਂ ਆਪਦੇ ਆਪ ਕੱਢਣਾ ਜਿਵੇਂ ਉਹ ਜਿਵੇਂ 475 ਆ ਗਿਆ 950 ਆ ਗਿਆ ਮੈਂ ਤੁਹਾਨੂੰ ਕਿਤੇ ਵੀ ਕਿਹਾ ਸਭ ਤੋਂ ਵੱਧ ਆਪਾਂ ਆਫ ਹੱਲ ਕਰਨਾ ਹੁੰਦਾ ਹੈ ਆਫ ਦਾ ਮਤਲਬ ਕੀ ਹੁੰਦਾ ਰਾਜੇ ਗੁਣਾ ਨਾਲ ਕੀ ਪਿਆ 64 ਪਿਆ ਪਰਸੈਂਟ ਕੱਢਣ ਵਾਸਤੇ /100 ਠੀਕ ਹੈ ਜੀ ਬਰਾਬਰ 900 ਆ ਚੀਜ਼ ਇੱਥੇ ਤੁਸੀਂ ਨਾਲ 1 ਕਾ ਵੀ ਲਾ ਸਕਦੇ ਹੋ ਰਾਜੇ ਆਪਦੇ ਹਿਸਾਬ ਤੇ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਜੀ 1 ਕਾ ਵੀ ਲਾ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ ਜਿਵੇਂ ਤੁਹਾਡਾ ਦਿਲ ਕਰੇ ਠੀਕ ਹੈ ਜੀ ਤੁਸੀਂ ਮਤਲਬ ਤੁਹਾਨੂੰ ਆਏ ਲੱਗਦਾ ਕਿ ਬਾਹਲਾ ਬਾਜੂਗਾ ਕੋਈ ਚੱਕਰ ਵੀ ਨਹੀਂ ਛੱਡ ਦਿਓ ਇਨੂੰ ਛੱਡ ਵੀ ਸਕਦੇ ਹੋ ਠੀਕ ਹੈ ਆਪਾਂ ਘਟਾ ਲਾਂਨੇ ਇੱਥੇ ਆ 0 ਨਾਲ ਆ ਜੀ ਰੁਕਟਾ ਤੇ ਠੀਕ ਹੈ ਜੀ ਤੇ 5 ਦੁਣੀ 10 ਠੀਕ ਹੈ ਜੀ 95 ਦੇ 95 ਦੇ 파ੜੇ ਚ ਵੀ ਆਹ 95 ਆ ਜਿਹੜਾ ਇਹ ਵੀ 5 ਦੇ ਵੰਡਿਆ ਜਾਂਦਾ 5 ਦੇ 파ੜੇ ਜਾਂਦਾ 95 ਇਹ ਗਿਆ 19 ਤੇ ਠੀਕ ਹੈ ਜੀ ਇਹ ਜੀ 50 ਤੇ ਮੰਨ ਕੇ ਚੱਲੋ 50 ਦੁਣੀ 100 19 50 950 ਆ ਗਿਆ ਇਹ ਤੇ 32 ਤੇ ਠੀਕ ਹੈ ਹੁਣ ਦੇਖੋ ਰਕਮ ਛੋਟੀ ਹੋ ਗਈ ਨਾ 475 19 32 900 ਕੁਐਸਚਨ ਮਾਰਕ ਜਿਹੜਾ ਆਪਾਂ ਪਤਾ ਕਰਨਾ ਹੁਣ ਆਪਾਂ ਕੀ ਚੱਕਣਾ ਹੁਣ ਆਪਾਂ ਹੱਲ ਕਿੱਦਾਂ ਕਰਾਂਗੇ ਦੱਸੋ ਹੁਣ ਆਪਾਂ ਹੱਲ ਕਰਾਂਗੇ ਗੁਣਾ ਨੂੰ 19 32 ਕਰੋ ਜਿੱਦੋਂ ਆਪਾਂ 19 32 ਕਰਾਂਗੇ 475 ਗੁਣਾ ਦਾ ਜਿਸ ਨੂੰ ਕਰਨੀ ਹੁੰਦੀ ਹੋਊਗੀ ਇੰਨਾ ਤਾਂ ਤੁਸੀਂ ਵੀ ਨਹੀਂ ਹੋ ਹੈਗੇ ਹਨ ਇੰਨਾ बराबर 900 प्लस 40 ठीक है जी ਹੁਣ ਆਪਾਂ ਇਹਨਾਂ ਨੂੰ ਜੋੜ ਲੰਨੇ ਆ ਅਸ ਵਿੱਚ ਠੀਕ ਹੈ ਜੀ 475 ਦੇ ਵਿੱਚ ਜੇਕਰ ਆਪਾਂ 608 ਜੋੜਾਂਗੇ ਤਾਂ ਇਹ ਬਣ ਜਾਊਗਾ 1083 ਠੀਕ ਹੈ ਜੀ ਜੇਕਰ ਆਪਾਂ ਕੁਐਸਚਨ ਮਾਰਕ ਪਤਾ ਕਰਨਾ ਹੈ ਤਾਂ ਜੇ 900 ਨੂੰ ਆਪਾਂ ਇੱਧਰ ਲਿਆਉਣਾ 900 ਇੱਧਰ ਪਲੱਸ ਦਾ ਇੱਧਰ ਆ ਕੇ 900 ਕਾ ਦਾ ਹੋ ਜਾਊਗਾ ਮਾਈਨਸ ਦਾ ਹੋ ਜਾਊਗਾ ਇੱਧਰ ਬਚ ਗਿਆ ਕੱਲਾ ਕੁਐਸਚਨ ਮਾਰਕ ਠੀਕ ਹੈ ਜੀ ਹੁਣ 1083 ਦੇ ਵਿੱਚੋਂ ਆਪਾਂ 900 0 ਘਟਾਵਾਂਗੇ ਤਾਂ ਇੱਧਰ ਬਣ ਜੂਗਾ 183 ਕਹਿੰਦਾ ਮਤਲਬ ਕਿ ਜਿਹੜਾ ਕੁਐਸਚਨ ਮਾਰਕ ਸੀ ਇਹਦਾ ਆਨਸਰ ਕਿੰਨਾ ਆ ਗਿਆ 183 ਏ ਨੰਬਰ ਆਪਸ਼ਨ ਬਾਸ ਇਸ ਤਰ੍ਹਾਂ ਸਵਾਲ ਕੱਢਨੇ ਹੁੰਦੇ ਆਪਾਂ ਇਹ ਕੱਢ ਕੇ ਸਾਰੇ ਨੇ ਦੇਖਣੇ ਆ ਕਾਫੀ ਮਾਤਰਾ ਦੇ ਵਿੱਚ ਸਵਾਲ ਆ ਹੀ ਨਹੀਂ ਹੈਗਾ ਕਿ ਥੋੜੇ-ਮੋਟੇ ਹੈਗੇ ਕਾਫੀ ਮਾਤਰਾ ਦੇ ਵਿੱਚ ਹੈ ਠੀਕ ਹੈ ਜੀ ਹੁਣ ਚਲੋ ਅਗਲਾ ਕਰਦੇ ਹਾਂ ਹੁਣ ਆਸ ਸਵਾਲ ਵੀ ਛੋਟੇ-ਵਾਸੂ ਹੀ ਕੱਢਣਾ ਬਾਲੀ ਔਖੀ ਗੱਲ ਤਾਂ ਹੈ ਨਹੀਂ ਇਹ ਵੀ ਡਾਇਰੈਕਟ ਹੀ ਕਰ ਦੂੰਗਾ ਮੈਂ ਤੁਹਾਨੂੰ ਕੀ ਕਹਾਂ ਕਿ ਬੋਰਡ ਮਾਪੇ ਅਨੁਸਾਰ ਕਰ ਪਹਿਲਾ ਬ੍ਰੈਕਟ ਫਿਰ ਆਫ ਫਿਰ ਜੋ ਫਿਰ ਭਾਗ ਗੁਣਾ ਜੋੜ ਘਟਾਓ ਇਹਨਾਂ ਦੇ ਵਿੱਚ ਪਹਿਲਾਂ ਆਪਾਂ ਇਹਨਾਂ ਦੋਨੋਂ ਨੂੰ ਜੋੜਾਂਗੇ ਆਪਸ ਦੇ ਵਿੱਚ ਬੱਚੇ ਕੀ ਕਰਦੇ ਆ ਅਸਲ ਦੇ ਵਿੱਚ ਕੀ ਕਰਨਗੇ ਪਹਿਲਾਂ ਇਹਨਾਂ ਨੂੰ ਘਟਾ ਦੇਣਗੇ ਆਰੀ ਮਰਜ਼ੀ ਨਾਲ ਮੁਰਕੇ ਇਹਨਾਂ ਨੂੰ ਇੱਕ ਨੂੰ ਜਿਹੜੇ ਜੋੜ ਦਾਂਗੇ ਉਹ ਆਨਸਰ ਗਲਤ ਆ ਜਾਂਦਾ ਠੀਕ ਹੈ ਕੁਦਰਤੀ ਆਜੇ ਤਾਂ ਕੀ ਕਹਣਾ ਆਜੇ ਪਰ ਗਲਤ ਤਰੀਕਾ ਹੈ ਪਹਿਲਾਂ ਇਹਨਾਂ ਨੂੰ ਜੋੜਦੇ ਆਪਾਂ ਜਿਹੜਾ 7960 ਹੈ ਜਿਹੜਾ ਠੀਕ ਹੈ ਜੀ 7960 ਨੂੰ ਜਿਹੜਾ ਆਪਾਂ 2956 ਦੇ ਵਿੱਚ ਜੋੜਾਂਗੇ ਠੀਕ ਹੈ ਜੀ ਠੀਕਾ ਸ਼ਿਕਰੇ ਜੁਗਦਰ ਠੀਕਾ 6 ਤੇ 5 11 ਹਾ ਸੱਤ ਤੇ ਵੜ ਗਿਆ 18 19 01 ਇਹ ਨਾ ਬਣ ਜੂਗਾ 10916 ਮਾਈਨਸ ਜਿਹੜਾ ਇੱਧਰ ਕਰਾਂਗੇ 8 ਆ ਜਾਊਗਾ 7 ਆ ਜਾਊਗਾ 0 ਆ ਜਾਊਗਾ 8 ਆ ਜਾਊਗਾ ਨਹੀਂ 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 ਸੌਰੀ ਇੱਥੇ 8 ਰਹਿ ਜੂਗਾ ਇੱਥੇ 7 ਆ ਜਾਊਗਾ ਇੱਥੇ 0 ਆ ਜਾਊਗਾ ਅਰਧ ਵਿੱਚ 4 ਜੋੜੇ 12 ਆ ਜਾਊਗਾ ਠੀਕ ਹੈ ਜੀ ਹੁਣ ਇਹਦੇ ਵਿੱਚੋਂ ਰਾਜੀ ਤੁਸੀਂ ਕੀ ਕਰਨਾਗਾ 12078 ਨੂੰ ਘਟਾ ਦੇਣਾਗਾ ਇੱਕ ਮਿੰਟ ਬੇਟ ਕਰ ਲਓ ਓਕੇ ਓਕੇ ਰਾਜੀ ਇੱਥੇ ਥੋੜੀ ਮਿਸਟੇਕ ਹੋ ਗਈ ਮਿਸਟੇਕ ਕਾਰਨ ਕੀ ਹੋ ਗਿਆ ਨਾ ਇਹਦੇ ਮੂਰੇ ਮਾਈਨਸ ਆ ਸੌਰੀ ਇਹਦੇ ਮੂਰੇ ਮਾਈਨਸ ਹੈ ਜੀ ਦੇਖੋ ਇੰਨੇ ਨੇ ਗਲਤੀਆਂ ਦੇਖੋ ਪੜਾਉਣ ਟਾਈਮ ਇੰਨੇ ਗਲਤੀਆਂ ਹੋ ਜਾਂਦੀਆਂ ਠੀਕ ਹੈ ਇਰੇ ਮੂਰੇ ਮਾਈਨਸ ਆ ਪਲੱਸ ਪਲੱਸ ਵਾਲੇ ਆਪਾਂ ਪਹਿਲਾਂ ਜੋੜਨੇ ਆ ਇਹ ਜੀ ਦੇਖਣੀ ਹੁੰਦੀ ਹੈ ਧਿਆਨ ਨਾਲ ਦੇਖੋ ਮੈਂ ਥੋੜੀ ਗਲਤੀ ਕਰ ਗਿਆ ਸੀ ਕਾਲੀ ਦੇ ਵਿੱਚ ਆਪਾਂ ਕੀ ਕਰਨਾ 986 ਨੂੰ ਜੋੜਨਾ 2956 ਨੂੰ ਜੋੜਨਾ ਆ ਵੀ ਪਲੱਸ ਦਾ 4028 ਨੂੰ ਜੋੜਦਾ ਐਂ ਜੀ ਜੋੜ ਸਕਦੇ ਐਂ ਤੱਕ ਕਿਉਂ ਨਹੀਂ ਜੋੜ ਸਾਰੇ ਕਿਉਂਕਿ ਆ ਸੰਖਿਆ ਮਾਈਨਸ ਦੀ ਹੈ ਇਹ ਮੇਰਾ ਦਿਮਾਗ ਨਹੀਂ ਕੰਮ ਕੀਤਾ ਹੁਣ ਆਪਾਂ ਇਹਨੂੰ ਜੋੜ ਦਾਂਗੇ ਰਾਜੇ 986 2956 4028 8814 12 13 14 19 10 14 ਠੀਕ ਹੈ ਜੀ ਇਹ ਬਣ ਗਈ ਰਾਜੀ ਇਹਨਾਂ ਦੀ ਵੈਲਿਊ ਸਾਰੀ ਠੀਕ ਹੈ ਜੀ ਇਹ ਵੈਲਿਊ ਬਣ ਗਈ ਇਹਦੇ ਚ ਆਪਾਂ ਮੈਂਸ ਕਰਨਾ ਹੁਣ 8050 ਠੀਕ ਹੈ ਜੀ ਕਿਉਂਕਿ 9060 2956 ਤੇ 4060 ਇਹ ਕਾਫੀ ਵੱਡੀ ਵੈਲਿਊ ਬਣ ਗਈ ਧਿਆਨ ਨਾਲ ਕਰਨਾ ਹੱਲੇ ਹੈ ਆਪਾਂ ਠੀਕ ਹੈ ਜੀ ਇਹਦੇ ਚ ਆਪਾਂ ਜਦੋਂ ਆਪਾਂ 8050 ਹੁਣ ਘਟਾਵਾਂਗੇ ਇੱਥੇ 4 ਵਗਜੂ ਇਧਰ ਹਸਲ ਵਗਜੂ 14 ਚੋਂ 9 ਕੱਢੇ ਇੱਥੇ ਰਹੂਗਾ 8 ਇਧਰ ਹਾਸਲ ਪਹਿਲੀ ਵਾਰ ਗਿਆ ਸੀ ਇਧਰ ਅਗੇ 6 6894 ਆਪ ਹੈ ਸੀ ਨੰਬਰ ਆਪਸ਼ਨ ਠੀਕ ਹੈ ਜੀ ਹੁਣ ਚਲਦੇ ਆਪਾਂ ਅਗਲੇ ਸਵਾਲ ਤੇ ਹੁਣ ਆ ਗਿਆ ਆਪਣੇ ਕੋਲ ਆ ਸਵਾਲ ਠੀਕ ਹੈ ਜੀ ਦੇਖੋ ਨਾ ਜੀ ਮੈਨੂੰ ਨਹੀਂ ਲੱਗਦਾ ਸੋਨੂੰ ਕਿਸੇ ਨੇ ਇੰਨਾ ਡੀਪਲੀ ਪੜਾਉਣਾਗਾ ਇਹਦੀ ਨਿੱਕੀ ਨਿੱਕੀ ਚੀਜ਼ਾਂ ਮੈਨੂੰ ਇਹ ਹੁੰਦਾ ਦਾ ਜੇ ਕੋਈ ਵੀ ਬੱਚਾ ਆਇਆ ਕੱਲ ਨੂੰ ਉਹ ਰਿਜ਼ਲਟ ਮਿਲੇ ਜਿਹੜੇ ਸਾਡੇ ਮੈਂ ਸਾਨੂੰ ਪੜਾ ਰਿਹਾ ਤੁਸੀਂ ਰੈਗੂਲਰ ਜਿਵੇਂ ਵੀ ਨੇ ਕਲਾਸ ਚੱਲੀ ਜਾਂਦੀ ਹੈ ਨਾ ਜਿਵੇਂ ਆਪਣੇ ਫੋਲਡਰ ਬਣੇ ਹੋਏ ਆ ਹੀ ਪਹਿਲਾ ਨੰਬਰ ਸਿਸਟਮ ਲਾਉਣੀ ਹੈ ਫਿਰ ਦੁਬਾਰਾ ਐਲਸੀਐਮ ਐਚਸੀਐਫ ਆਫ ਐ सिंपलीफिकेशन ਠੀਕ ਹੈ ਉਸੇ ਤਰ੍ਹਾਂ ਹੀ ਪੜ੍ਹਨਾ ਤੁਸੀਂ ਅੱਗੇ ਵੀ ਉਵੇਂ ਜਿਵੇਂ ਜਿਵੇਂ ਸ਼ਡਿਊਲ ਚੱਲੀ ਜਾਂਦਾ ਉਵੇਂ ਵੀ ਚੱਲਣਾਗਾ ਹੋਰ ਕੁਝ ਨਹੀਂ ਐਕਸਟਰਾ ਕਰਨਾ ਤੁਸੀਂ ਠੀਕ ਹੈ ਚਲੋ ਹੁਣ ਇਹਨੂੰ ਆਪਾਂ ਹੱਲ ਕਰੀਏ 3842 ਦੇਖੋ ਆਫ ਦਾ ਮਤਲਬ ਮੈਨੂੰ ਕੀ ਕਿਹਾ ਆਫ ਲਿਖਿਆ ਜੇ ਦਾ ਲਿਖਿਆ ਜੇ ਕਾ ਲਿਖਿਆ ਜੇ ਇਹਦਾ ਮਤਲਬ ਉਹਦਾ ਗੁਣਾ ਤੇ ਇਹਨੂੰ ਆਪਾਂ ਸਭ ਤੋਂ ਪਹਿਲਾਂ ਹੱਲ ਕਰਨਾ ਹੁੰਦਾ ਹੈ 1/2 ਇਹ ਦੋਵਾਂ ਪਾਸੇ ਨਹੀਂ ਜਿੱਥੇ ਰਾਜੇ ਕੁਐਸਚਨ ਮਾਰਕ ਹੋਣਾ ਉਹ ਤੇ ਕੁਐਸਚਨ ਮਾਰਕ ਵੀ ਲਿਖ ਸਕਦੇ ਹੋ ਜਿੱਥੇ ਨੂੰ ਲੱਗਦਾ ਸੀ ਕੁਐਸਚਨ ਮਾਰਕ ਚੋਲ ਜਾਗੇ ਨੂੰ ਤੁਸੀਂ ਐਕਸ ਵੀ ਲਿਖ ਸਕਦੇ ਹੋ ਠੀਕ ਹੈ ਜੀ ਗੁਣਾ ਆਫ ਆ ਗਿਆ 15 ਆ ਗਿਆ ਪਰਸੈਂਟ ਲਿਖਤਾ ਨਾਲ ਰਾਜੇ 100 ਲਿਖ ਲਓ ਬਰਾਬਰ 2459 ਆਹ ਠੀਕ ਜਾਂਦੀ ਹੁਣ ਜਿਹੜੇ ਕੱਟੇ ਜਾਂਦੇ ਨੂੰ ਕਟਾ ਦਿਓ ਆਹ ਤਾਂ ਕੱਟੇ ਜਾਣਗੇ 17 ਦੋਣਾ 38 21 ਦੋਣਾ 42 ਇੰਨਾ ਕਰ ਤੁਹਾਨੂੰ ਕੱਟਣਾ ਆਉਂਦਾ ਹੋਊਗਾ ਦੋ ਤੇ ਠੀਕ ਆਪ ਦਾ ਕਰ ਲਿਆ ਕਰੋ ਜੇ ਜੋਟੇ ਵਾਲੀਆਂ ਰਕਮਾਂ ਹੋਣ ਠੀਕ ਹੈ ਜੀ 19 ਦੋਣਾ 38 ਸੱਚ ਠੀਕ ਹੈ ਜੀ 10 2 32 ਹੁੰਦੇ ਆ ਤੇ ਹੋ ਗਿਆ ਇਹ ਪਲੱਸ 5 3 15 20 5 100 ਠੀਕ ਹੈ ਜੀ ਇਹਨੂੰ ਤੁਸੀਂ ਐ ਲਿਖ ਸਕਦੇ ਹੋ 3x ਠੀਕ ਹੈ ਜੀ 3x ਵੀ ਲਿਖ ਸਕਦੇ ਹੋ ਉਹਨੂੰ ਤੁਸੀਂ ਜੇ 3x ਨਹੀਂ ਲਿਖਣਾ ਆਹ 3x ਹੀ ਲਿਖਿਆ ਜਾਊਗਾ ਠੀਕ ਹੈ ਜੀ ਭਾਟਾ ਕਿੰਨਾ ਆ ਗਿਆ ਆਪਣੇ ਇਹਦੇ ਭਾਟਾ ਆ ਗਿਆ b इधर आ गया अपने को चौबीस सौ उजा आ चीज़ बन चुकी है हूँ की हल करिए राजे दसोगे लो दिमाग कुछ नहीं करना राजे आ चीज़ में एक पास लिख लो उधर की है चौबीस सौ उन्ंजा बटा एक है आ पलास का उधर लेके मैनसा होजूगा एक गल होर सुन लो ਜੇਕਰ ਕੋਈ ਸੰਖਿਆ ਨੂੰ ਆਪਾਂ ਕਿਸੇ ਦੋ ਸੰਖਿਆ ਕਿਸੇ ਦਾ ਜੋੜ ਕਰਨਾ ਹੈ ਚਾਹੇ ਘਟਾਓ ਕਰਨੀ ਹੈ ਥੱਲੇ ਜਿਹੜੇ ਬੇਸ ਆ ਉਹਨਾਂ ਦੋਨਾਂ ਦੇ ਬੇਸ ਇੱਕੋ ਜੇ ਆ ਜਾਣ ਬੇਸ ਕੀ ਆ ਜਾਣਾ ਬੇਸ ਇੱਕੋ ਜੇ ਆ ਜਾਣਾ ਠੀਕ ਹੈ ਜੀ ਤਾਂ ਉਹ ਚੀਜ਼ਾਂ ਡਾਇਰੈਕਟ ਹੀ ਘਟ ਜਾਂਦੀਆਂ ਹੁੰਦੀਆਂ ਆਪਸ ਦੇ ਵਿੱਚੋਂ ਤਾਂ ਇਹਨਾਂ ਨੂੰ ਡਾਇਰੈਕਟ ਹੀ ਘਟਾ ਦਾਂਗੇ ਆਪਸ ਦੇ ਵਿੱਚੋਂ ਆਪਾਂ ਠੀਕ ਹੈ ਜੀ ਦੇਖੋ 3x/b 2499 ਦੇ ਵਿੱਚ ਜਿਹੜਾ ਆਪਾਂ ਇਹ ਚੀਜ਼ ਘਟਾਵਾਂਗੇ ਇਹ ਆ ਜਾਊਗਾ ਆਪਣੇ ਕੋਲੇ 528 ਹੋਰ ਕੀ ਬਚ ਗਿਆ ਹੁਣ ਕੁਝ ਨਹੀਂ ਰਹਿਣਾ ਕਰਨ ਹੁਣ ਕ੍ਰੋਸ ਮਲਟੀਪਲਾਈ ਕਰ ਦੋ 3x ਇੱਕ ਪਾਸੇ ਆ ਜਾਊਗਾ 528 b ਜਿਹੜਾ x ਦੀ ਵੈਲਿਊ ਕੱਢਾਂਗੇ 528 b 3 ਇਹਨਾਂ ਦਾ ਤੁਹਾਨੂੰ ਪਤਾ ਹੈਗੀ ਹੈ राजे ਇਹਨਾਂ ਦਾ ਤਾਂ ਤੁਸੀਂ ਕਰ ਸਕਦੇ ਹੋ ਹਨ ਜਿਹਨੂੰ ਆਪਾਂ ਇਹਨੂੰ ਕੱਟਾਂਗੇ ਇਹ ਜਾਊਗਾ 176 ਤੇ 176 ਦਾ ਤੁਹਾਨੂੰ ਕਿੰਨੀ ਰਾਜੇ 1760 ਜੋ 760 ਦੀ ਫੇਰ 10 ਨਾਲ 1730 ਨਾ ਕੀਤੀ ਇਹ ਆਜੂਗਾ ਆਪਣੇ ਕੋਲੇ 3520 10 ਥੋੜਾ ਜਿਹਾ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਈ ਹੋਵੇ ਲਘੁਤਮ ਲੈਣਾ ਆਉਂਦਾ ਤੁਹਾਨੂੰ ਸਾਰਿਆਂ ਨੂੰ ਲਘੁਤਮ ਲੈਣਾ ਆਉਂਦਾ ਕਿਵੇਂ ਲੈਂਦੇ ਹੁੰਦੇ ਆ ਇਸ ਤਰ੍ਹਾਂ ਜਿਵੇਂ ਆਪਾਂ ਨੂੰ ਕਿਸੇ ਨੇ ਕਹਤਾ 3/4 5/6 ਇਹਨੂੰ ਜੋੜੋ ਕਿਵੇਂ ਜੋੜਾਂਗੇ ਸਭ ਤੋਂ ਪਹਿਲਾਂ ਤਾਂ ਦੋਨਾਂ ਚੀਜ਼ਾਂ ਦਾ ਐਲਸੀਐਮ ਲੈ ਲੀਦਾ ਹੁੰਦਾ ਸਭ ਤੋਂ ਛੋਟੇ ਪੜੇ ਦੇ ਪੇਜ 'ਚ ਜੋ ਤੈਨੂੰ 2 3 4 ਇਹ ਦੋ ਵਾਰ ਕਿਸੇ ਤੇ ਜਾਂਦਾ ਨਹੀਂ ਨਾ ਇਹ ਸਾਰੇ ਬਸ ਦੇ ਵਿੱਚ ਗੁਣਾ ਕਰ ਦੋ ਤੈਨੂੰ 2 6 6 2 12 12 ਤੇ ਲਿਖ ਲਓ ਆ ਚਾਰ ਦੀ ਪਹਿਲਾਂ 12 ਨਾਲ ਭਾਗ ਕਰੋ ਕਿੰਨਾ ਆ ਜੂਗਾ ਜੋ ਚਾਰ ਦੀ 12 ਨਾਲ ਭਾਗ ਕਰਾਂਗੇ ਤਿੰਨ ਆ ਜੂਗਾ ਠੀਕ ਹੈ ਜੀ ਉਸੇ ਤਿੰਨ ਦੀ ਤਾਂ ਹਲੇ ਨਾਲ ਗੁਣਾ ਕਰੋ ਨੌ ਆ ਗਿਆ ਫਿਰ ਪਲੱਸ ਫਿਰ ਅਗਲਾ 6 ਚੱਕ ਲਓ ਉਹਦੀ ਪਹਿਲਾਂ 12 ਨਾਲ ਭਾਗ ਕਰੋ ਤਿੰਨ ਆ ਜੂਗਾ ਉਸੇ ਤਿੰਨ ਦੀ ਤਾਂ ਹਾਂ ਵਾਲੇ ਨਾਲ ਇਹਦੇ ਨਾਲ ਗੁਣਾ ਕਰੋ ਦੋ ਬਦਨ 10 19/12 ਇਸ ਤਰ੍ਹਾਂ ਆ ਜਾਂਦਾ ਹੁੰਦਾ ਰਾਜੇ ਠੀਕ ਹੈ ਜੀ ਇਹ ਤੁਹਾਨੂੰ ਕਰਵਾਇਆ ਹੋਇਆ ਤੇ ਨਹੀਂ ਕਰਵਾਇਆ ਪਤਾ ਲੱਗਿਆ ਫਿਰ ਵੀ ਸਿੰਪਲੀਫਿਕੇਸ਼ਨ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗੂ ਜਿਹੜਾ ਨਿੱਕੇ ਨਿੱਕੇ ਚੀਜ਼ਾਂ ਦਾ ਰਾਜੇ ਚਲੋ ਹੁਣ ਅਗਲੇ ਤੇ ਆ ਗਏ ਆਪਾਂ ਕਰੋ ਭਾਈ ਹੱਲ ਹੁਣ ਕਿਵੇਂ ਕਰੀਏ ਹੁਣ ਆਪਾਂ ਐ ਰਗੀ ਥੋੜਾ ਜਿਹਾ ਇਹਨਾਂ ਨੇ ਹੋਰ ਟਫ ਜਿਵੇਂ ਜਿਵੇਂ ਚੀਜ਼ ਪਾਈ ਜਾਣਗੇ ਰਾਜੇ ਉਵੇਂ ਕੁਝ ਚੀਜ਼ਾਂ ਨੂੰ ਟਫ ਬਣਾਈ ਜਾਣਗੇ ਆਪਣੇ ਵਾਸਤੇ ਠੀਕ ਹੈ ਪਰ ਆਪਾਂ ਇਹ ਚੀਜ਼ਾਂ ਦਾ ਜੀ ਦੇਖੋ ਜਿਹੜਾ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਅਨਗੋਲਿਆ ਕਰਦੇ ਨੇ ਉੱਥੇ ਮਾਰ ਖਾਂਦੇ ਆਪਾਂ ਠੀਕ ਹੈ ਚਲੋ ਇਹ ਤੁਸੀਂ ਐਕਸ ਹੀ ਬਣ ਲਿਆ ਕਰੋ ਗੁਣਾ ਆਫ ਨੂੰ ਗੁਣਾ 350% 100 ਭਾਗ ਭਾਗ ਨੂੰ ਜੇ ਆਪਾਂ ਇੱਥੇ ਉਲਟਾ ਦਈਏ ਸੌਖਾ ਨਹੀਂ ਹੋਊਗਾ ਕੰਮ ਜੇ ਭਾਗ ਨੂੰ ਆਪਾਂ ਇੱਥੇ ਰਹਿਣ ਹੁ ਭਾਗ ਨੂੰ ਆਪਾਂ ਗੁਣਾ ਦੇ ਵਿੱਚ ਬਦਲਣਾ 50/1 ਹੈ ਜਿਹਨੂੰ ਗੁਣਾ ਦੇ ਵਿੱਚ ਬਦਲ ਲਗੇ ਰਕਮ ਉਗੀ ਉਲਟ ਜਾਂਦੀ ਹੁੰਦੀ ਹੈ ਤਾਂ ਗੁਣਾ ਲਿਖ ਲਿਓ 1/50 ਬਣ ਜਾਊਗਾ ਠੀਕ ਹੈ ਜੀ ਇੱਥੇ 1 ਲਾ ਲਓ ਬੈਲੈਂਸ ਕਰਨ ਦੁਬਾਰੇ ਇੱਥੇ 248 +248 ਇਹ ਕਲ ਹੁਣ 1 ਕ ਲਾ ਲਓ ਬਾਅਦ ਚ ਚੱਕ ਦਾਂਗੇ 1 ਕ ਤਾਂ ਆਪਾਂ ਕੋਈ ਚੱਕਣ ਦੀ ਠੀਕ ਹੈ ਜੀ ਦੇਖੋ ਹੁਣ ਜਿਹੜੇ ਕੱਟੇ ਜਾਂਦੇ ਕਟਾ ਦਿਓ ਹੁਣ ਆਹ ਤਾਂ ਹੱਥ ਦੇ ਵਿੱਚ ਕੱਟੇ ਜਾਣਗੇ ਦਿੰਦੇ ਇਹਨੂੰ ਕਟਾ ਦਿਓ ਜੇ ਕੋਈ ਕੱਟਿਆ ਜਾਂਦਾ ਹੈਗਾ ਅ 75 35 7 ਤੇ ਗਿਆ ਹੈ ਹੈਨਾ ਜਿਹੜਾ ਆਪਾਂ 50 ਦੀ ਜਿਹੜਾ 7 ਤੇ ਗਿਆ ਇਹ ਕੀ ਬਣ ਗਿਆ ਏ ਬਣ ਗਿਆ 7x 100 248 1 591 1 ਹੁਣ ਅਜੇ ਕੀ ਕਰਦੇ ਪਹਿਲਾਂ ਜੇ ਸਵਾਲ ਵਰਗੇ ਬਣ ਗਿਆ ਹੁਣ ਇਹਨੂੰ ਇੱਧਰ ਹੀ ਰੱਖ ਲਓ ਚੋਬਰ ਨੂੰ ਉਹਨੂੰ ਤਾਂ ਇਹਦਾ ਆਪੇ ਛੇੜਨੇ ਨਹੀਂ ਹੈਗਾ ਇਹ ਤਾਂ ਇੱਧਰ ਹੀ ਰੱਖ ਲਓ ਇੱਧਰ ਪਿਆ 591 1 ਜਿਹੜਾ ਉਹ ਆਪਾਂ 248 ਉਧਰ ਲੈ ਜਾਗੇ ਪਲੱਸ ਦਾ ਉਧਰ ਜਾ ਕੇ ਮਾਈਨਸ ਦਾ ਹੋ ਜਾਊਗਾ ਆਦੀ ਜਿ ਬਣ ਜੂਗੀ ਠੀਕ ਹੈ ਜੀ ਇਤੋਂ ਦੇਖ ਦੱਸੋ ਕਿਸੇ ਬੱਚੇ ਨੂੰ ਕੀ ਪ੍ਰੋਬਲਮ ਹੋਵੇ ਠੀਕ ਹੈ ਜੀ ਇਹ ਚੀਜ਼ ਬਣ ਜੂਗੀ ਜਿਹੜਾ ਆਪਾਂ ਇਧਰਲੇ ਪਾਸੇ ਲੈ ਜਾਾਂਗੇ ਇਹਨੂੰ ਮੈਨੂੰ ਦੱਸੋ ਜਦੋਂ ਬੇਸ ਬਰਾਬਰ ਹੋ ਜਾਣ ਉਹ ਡਾਇਰੈਕਟ ਮੈਥ ਕਰ ਦੇਦਾ ਹੁੰਦਾ ਹੈ 591 ਦੇ ਵਿੱਚੋਂ 248 ਘਟਾ ਦਿਓ 591 ਦੇ ਵਿੱਚੋਂ ਜੇ 248 ਆਪਾਂ ਘਟਾਵਾਂਗੇ ਤਾਂ ਆਪਣੇ ਕੋਲੇ ਆ ਜੂਗਾ ਜੀ ਇੱਥੇ 343 ਹੁਣ ਕਿਸ਼ਨ ਕੀ ਬਣ ਗਈ 7x/100 343 ਹੁਣ ਆਪਾਂ ਇਹ ਦੋਵਾਰ ਕੀ ਕਰਦੇ ਹੁੰਦੇ ਆ ਕ੍ਰੋਸ ਮਲਟੀਪਲਾਈ ਜੋ ਕ੍ਰੋਸ ਮਲਟੀਪਲਾਈ ਕਰਾਂਗੇ ਰਾਜੇ 7x 343 100 ਤੇ ਜਿਹੜਾ ਆਪਾਂ x ਦੀ ਵੈਲਿਊ ਕੱਢਾਂਗੇ 343 100 7 ਸੋਨੂੰ ਸਾਰੇ ਨੂੰ ਪਤਾ ਰਾਜੇ 343 ਦੇ ਪਹਾੜੇ ਦੇ ਵਿੱਚ 7 ਆਉਂਦੀ ਆਉਂਦਾ ਹੈ ਠੀਕ ਹੈ ਜੀ ਤਾਂ ਇਹ ਜਾਊਗਾ 49 ਤੇ 49 ਇਹਨਾਂ ਨੂੰ ਗੁਣਾ ਕੀਤਾ 100 ਨਾਲ ਤਾਂ x ਦੀ ਵੈਲਿਊ ਆ ਗਈ ਆਪਣੀ 4900 ਰੁਪਿਆ। ਲਓ ਜੀ ਕਿਵੇਂ ਲੱਗਿਆ ਸਵਾਲ? ਠੀਕ ਹੈ ਜੀ ਇਸ ਤਰ੍ਹਾਂ ਕੱਢਣ ਦੇਖਣ ਦੇ ਰਾਜੇ ਸਵਾਲ ਲੱਗਦੇ ਆਪ ਨੂੰ ਸੌਖੇ ਪਰ ਸਵਾਲ ਥੋੜੇ ਟਫ ਦੇ ਵਿੱਚ ਆ ਇਹ। ਹੁਣ ਦੇਖੋ ਦਿਨੋਂ ਦਿਮੇ ਜਿਵੇਂ ਜਿਵੇਂ ਅੱਗੇ ਵੱਧਦੇ ਜਾਵਾਂਗੇ ਪੁਆਇੰਟਾਂ ਦੀ ਸੰਖਿਆ ਆ ਜਾਂਦੀਆਂ। ਪੁਆਇੰਟਾਂ ਦੇ ਵਿੱਚ ਥੋੜਾ ਸਵਾਲ ਹੋਰ ਔਖਾ ਹੋਈ ਜਾਂਦਾ ਰਹਿੰਦਾ ਹੈਗਾ। ਠੀਕ ਹੈ? ਪਰ ਆਪਾਂ ਫਿਰ ਵੀ ਨਹੀਂ ਉਲਝਣਾ। ਚਲੋ ਹੁਣ ਆਸਪਾਸ ਕੱਢਣਾ ਹੈ। 25 3.25 50.4 4 ਜਿਵੇਂ ਲਿਖਿਆ ਹੋਇਆ ਉਹ ਮੈਂ ਹੱਲ ਕਰਦੇ ਜਾਓ। ਸਭ ਤੋਂ ਪਹਿਲਾਂ ਲਿਖ ਲਓ 25 ਗੁਣਾ 325 ਲਿਖ ਲਓ ਰਾਜੇ ਇਹਨੂੰ ਜਿੰਨੇ ਜਿੰਨੇ ਪੁਆਇੰਟ ਤੋਂ ਬਾਅਦ ਜਿੰਨੇ ਅੱਖਰ ਹੋਣ ਉਹਨਾਂ ਗਿਰਮਾ ਲਾ ਦੇਣੀ ਹੈ ਉਹਨਾਂ ਥੱਲੇ ਥੱਲੇ ਆਪਾਂ 100 ਲਿਖ ਦਾਂਗੇ ਪਲੱਸ 50.4 ਇਹਨੂੰ ਲਿਖ ਲਓ 504 10 24 ਐ 24 ਦੇ ਭਾਗ ਦਾਗਾ ਭਾਗ ਨੂੰ ਗੁਣਾ ਚ ਬਦਲਾਂਗੇ ਇੱਥੇ ਆ ਜਾਊਗਾ 1 24 ਠੀਕ ਹੈ ਜੀ 1 24 ਵਿਚਾਲਿਆ ਗਈ ਪਲੱਸ ਦੀ ਨਿਸ਼ਾਨੀ ਇਹਨਾਂ ਦੇ ਹੁਣ ਆਪਾਂ ਇਹਨਾਂ ਨੂੰ ਹੱਲ ਕਰਾਂਗਾ ਕਰੋ ਜੀ ਕਿਵੇਂ ਹੱਲ ਕਰਾਂਗੇ ਆਹ ਟੋਟੇ ਨੂੰ ਅਲੱਗ ਹੱਲ ਕਰਾਂਗੇ ਇਹਨੂੰ ਅਲੱਗ ਕਿਉਂਕਿ ਗੁਣਾ ਇਹਨਾਂ ਨੇ ਮੂਰੇ ਮੂਰੇ ਹੈ ਨਾ ਤੇ ਜ਼ੀਰੋ ਆਪਾਂ ਅਜੇ ਇਹਨੂੰ ਕੱਟਣ ਦੀ ਕੋਸ਼ਿਸ਼ ਕਰਦੇ ਆਂ ਇਹ ਜਾਊਗਾ 21 ਤੇ ਠੀਕ ਹੈ ਜੀ ਜਦੋਂ ਆਪਾਂ ਇਹਨੂੰ ਕੱਟਣ ਦੀ ਕੋਸ਼ਿਸ਼ ਕਰਦੇ ਆਂ ਇਹ ਜਾਊਗਾ 4 ਤੇ ਠੀਕ ਹੈ ਜੀ ਹੁਣ ਵਿਚਾਰੇ ਪਲੱਸ ਆ ਹੁਣ 325 ਉਹ 4 ਤੇ ਵੰਡ ਕੇ ਦੇਖ ਲੈਂਦੇ ਆਂ ਉਹ 325 ਨੂੰ ਆਪਾਂ ਅਜੇ 4 ਤੇ ਵੰਡਾਂਗੇ ਤਾਂ ਇਹ ਆ ਜਾਊਗਾ ਆਪਣੇ ਕੋਲੇ 81.25 ਵਿਚਕਾਰ ਪਲੱਸ ਇੱਧਰ ਆ ਗਿਆ ਇੱਧਰ ਬਚ ਗਿਆ ਆਪਣੇ ਕੋਲ 21/10 ਜਿਹਨੂੰ ਦਬਰ 10 ਗੈਪ ਕਰਾਂਗੇ ਇੱਥੇ ਆ ਜਾਊਗਾ 2.1 ਬਸ ਉਹਨੂੰ ਜੋੜ ਦੋ 81.25 ਦੇ ਵਿੱਚ ਜਿਹੜਾ ਆਪਾਂ 2.1 ਜੋੜਾਂਗੇ ਪੁਆਇੰਟ ਥੱਲੇ ਪੁਆਇੰਟ ਲੱਗ ਜਾਂਦਾ ਹੁੰਦਾ ਹੈਗਾ ਬਾਕੀ ਸਾਰੇ ਕਿਤੇ ਜ਼ੀਰੋ ਮਾ ਲਾ ਦਿਆ ਕਰੋ 83.35 ਆ ਆ ਗਿਆ ਆਪਣਾ ਆਨਸਰ ਠੀਕ ਹੈ ਜੀ ਚਲੋ ਹੁਣ ਆ ਗਿਆ ਅਗਲਾ ਸਵਾਲ ਮੈਂ ਤੁਹਾਨੂੰ ਕਿਵੇਂ ਦੱਸਿਆ ਸ਼ੁਰੂ ਤੋਂ ਸਭ ਤੋਂ ਪਹਿਲਾ ਬ੍ਰੈਕਟ ਹੱਲ ਕਰਨੀ ਹੈ ਆਹ ਬ੍ਰੈਕਟ ਪਈ ਹੈ ਸਭ ਤੋਂ ਪਹਿਲਾਂ ਆਪਾਂ ਇਹਨੂੰ ਬ੍ਰੈਕਟ ਨੂੰ ਹੱਲ ਕਰਨਾ ਹੈਗਾ ਬਾਅਦ ਵਿੱਚ ਚੀਜ਼ਾਂ ਨੂੰ ਬਾਅਦ ਚ ਹੱਲ ਕਰਾਂਗੇ ਠੀਕ ਹੈ ਜੀ ਇਹਨੂੰ ਕਿਵੇਂ ਹੱਲ ਕਰਾਂਗੇ ਇਹਦੇ ਚ ਆਪਾਂ ਮਾਈਨਸ ਕਰਨਾ ਮਾਈਨਸ ਕਿਵੇਂ ਹੋਊਗਾ 833.25 ਠੀਕ ਹੈ ਜੀ ਤੇ ਮਾਈਨਸ ਕਿੰਨਾ ਕਰਨਾ ਆਪਾਂ 384.45 ਹੁਣ 0 ਥੱਲੇ 0 ਲੱਗ ਗਈ ਠੀਕ ਹੈ ਜੀ ਪੈਂਸ ਨੂੰ ਮਾਈਨਸ ਕਰਾਂਗੇ ਤਿੰਨੇਦਰ ਹੱਥ ਲੈ ਜਾਊਗਾ 12 ਕੋ ਇਧਰ ਆ ਜਾਊਗਾ 8 ਫਿਰ ਪੁਆਇੰਟ ਲਾ ਦਿਓ ਇਥੇ 2 ਬਚ ਗਏ ਸੀ 12 ਦੇ ਵਿੱਚੋਂ 4 ਕੱਢੇ 8 ਇੱਧਰ 2 ਬਚ ਗਏ ਸੀ 12 ਚੋਂ 8 ਕੱਢੇ ਹਾਂ 12 ਜ 8 ਕੱਢੇ 4 ਠੀਕ ਹੈ ਜੀ ਤੇ ਇੱਕ ਮਿੰਟ ਹਾਂ ਠੀਕ ਹੈ ਇੱਧਰ ਹੱਥਾਂ ਦੇ 7 ਸੱਤਾਂ ਚੋਂ ਜਿਹੜੇ ਕੱਢੇ 4 ਆਹ चीज बन ਗਈ ਠੀਕ ਹੈ ਦੱਸੋ ਇਥੇ ਲੱਗ ਕੇ ਕਿਸੇ ਬੱਚੇ ਨੂੰ ਕੋਈ ਪਰੇਸ਼ਾਨੀ ਹੋਵੇ ਕਿਸੇ ਨੂੰ ਕੋਈ ਆਏ ਲੱਗਿਆ ਹੋਵੇਗੀ ਭਾਈ ਸਾਨੂੰ ਗੁਣਾ ਨਹੀਂ ਕਰਨੇ ਕੁਝ ਨਹੀਂ ਹੁੰਦਾ राजे ਪੁਆਇੰਟ ਦੇ ਥੱਲੇ ਪੁਆਇੰਟ ਲਾਉਂਗੇ ਨਾ ਜਦੋਂ ਤੁਸੀਂ ਤੁਹਾਡਾ ਸਵਾਲ ਸਹੀ ਹੀ ਆਊਗਾ ਗਲਤ ਨਹੀਂ ਆਊਗਾ ਠੀਕ ਹੈ ਜੀ ਆ ਚੀਜ਼ ਬਣ ਗਈ ਜੇਕਰ राजे ਤੁਸੀਂ ਇਹ ਜ਼ੀਰੋ ਨਹੀਂ ਲਾਉਣਾ ਚਾਹੁੰਦੇ ਤਾਂ ਵੀ ਕੋਈ ਚੋਣੇ ਕਹੋਗੇ ਪਿੱਛੇ ਜ਼ੀਰੋ ਦੀ ਕੁਇਰ ਦੀ ਤਗੜੀ ਵੈਲਿਊ ਹੁੰਦੀ ਨਹੀਂ ਹੈਗੀ ਠੀਕ ਹੈ ਜੀ ਉਹਨਾਂ ਕੋਈ ਬੜਾ ਫਰਕ ਨਹੀਂ ਪੈਣਾ ਪੂਰੀ ਬਸ ਮਾੜੀ-ਮੋਟੀ ਵੈਲਿਊ ਵੱਧੂ-ਬਗ ਜੂਗੀ ਕੋਈ ਚੋਣ ਚਲੋ ਇੱਕ ਵਾਰੀ ਆਪਾਂ ਰੱਖ ਲੈਂਦੇ ਹਾਂ ਜਿਵੇਂ ਕਿ ਕਿਉਂਕਿ ਜਦੋਂ ਆਪਾਂ ਨੂੰ ਏਡੀ ਬਡੀ ਇਹਨਾਂ ਦੇ ਵੈਲਿਊ ਦਿੱਤੀ ਇੱਧਰ ਲਿਖ ਲਓ 100 24 ਭਾਗ ਦਾ ਜਿਹਨੂੰ ਆਪਾਂ ਗੁਣਾ ਚ ਕਰਾਂਗੇ 1/24 ਠੀਕ ਹੈ ਜੀ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੇ 448 ਜਿਹੜਾ 80 ਹੈ ਇਹ ਤੁਸੀਂ 24 ਦੇ ਜਿਹੜਾ ਵੰਡ ਕੇ ਦੇਖੋਗੇ ਤਾਂ ਇਹ ਵੰਡਿਆ ਜਾਊਗਾ ਇਹ ਜਾਊਗਾ 1870 ਤੇ 1870 100 ਆ ਬਣ ਗਿਆ ਆ ਪੁਆਇੰਟ ਹਟਾਉਣ ਬਾਅਦ ਜਿਉ ਲਾਵਾਂਗੇ 18.7 18.7 ਕਿੱਥੇ ਪਿਆਗਾ ਜਾਂ 18.70 ਕਿੱਥੇ ਪਿਆ ਆਪ ਹੈ ਡੀ ਨੰਬਰ ਆਪਸ਼ਨ ਤੇ ਇਹ ਹੈਗਾ ਸੀ ਆਪਣਾ ਆਨਸਰ ਦੇਖੋ ਠੀਕ ਹੈ ਜੀ ਆ ਗਿਆ ਕਲੀਅਰ ਕੁਝ ਨਹੀਂ ਹੈਗਾ ਦਾ ਇਹ ਸਵਾਲਾਂ ਦੇ ਵਿੱਚ ਬਸ ਥੋੜੀ ਜੀ ਮੇਨ ਥਰੀ ਲੋਡ ਆਪਣਾ ਥੋੜੀ ਜੀ ਬਾਰੀ ਵਿਧੀ ਲੋਡ ਵੀ ਨਹੀਂ ਥੋੜੀ ਜੀ ਕਿਉਂਕਿ ਇਹ ਚੀਜ਼ਾਂ ਨੇ ਜੇ ਨਿੱਕੇ ਨਿੱਕੇ ਚੀਜ਼ਾਂ ਹੁੰਦੀਆਂ ਨੇ ਇਹ ਆਪਾਂ ਨੂੰ ਬਸ ਆਪ ਨੂੰ ਲੱਗਦਾ ਆ ਕਿ ਇਹ ਤਾਂ ਬਾਹਲਾ ਔਖੀ ਆ ਜਾਂ ਠੰਮਕਾ ਪਰ ਵਧੀਆ ਚੱਲੂਗਾ ਪਰ ਸਸਾ ਬਸ 10 ਕੇ ਸਵਾਲ ਕਰਾਂਗੇ ਇਹਦੇ ਆਪਾਂ ਬਾਕੀ ਗੱਲੋਂ ਕਰਾਂਗੇ ਠੀਕ ਹੈ ਅਗਲੇ ਲੈਕਚਰ ਦੇ ਵਿੱਚ ਇੱਕ ਵਾਰ ਸਾਰਾ ਸਮਝ ਲਿਓ ਇਹ ਦੇਖੋ 5.6 12.5 0.5 15.5 ਆਜੀ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਹੱਲ ਕਰਦੇ ਹੁੰਨੇ ਆ ਭਾਗ ਠੀਕ ਹੈ ਦੂਜੀਆਂ ਚੀਜ਼ਾਂ ਬਾਅਦ ਵਿੱਚ ਦੇਖਾਂਗੇ ਸਭ ਤੋਂ ਪਹਿਲਾਂ 5.6 ਇਹਨੂੰ 56/10 ਲਿਖ ਲਓ ਪੁਆਇੰਟ ਪਹਿਲੀ ਹਟਾਉਂਦੇ ਜਾਇਆ ਕਰੋ 125 10 0 ਆਪਾਂ ਇਹ ਕਿੰਨਾ ਰਾਜ 0.5 ਨੂੰ ਕਿਵੇਂ ਲਿਖਦੇ ਹੁੰਨੇ ਆ 0.5 ਨੂੰ ਲਿਖਦੇ ਹੁੰਨੇ ਆ ਆਪਾਂ 5/10 1/2 ਲਿਖਦੇ ਹੁੰਦੇ ਆ ਠੀਕ ਹੈ ਜੀ ਇਹਨੂੰ ਉਲਟ ਕਰਾਂਗੇ ਜੇ ਤਾਂ ਆਪਾਂ 2 ਬਟਾ 1 ਬਣ ਜਾਊਗਾ ਲੋ ਜੀ ਇਤਰਾ ਬਣ ਜਾਊਗਾ ਉਥੋਂ ਪਤਾ ਹੀ ਹੈ 0.5 ਦਾ ਮਤਲਬ ਹੁੰਦਾ ਅੱਧਾ ਅੱਧੇ ਦਾ ਹੁੰਦਾ ਮਤਲਬ 1/2 ਜੇ ਨੂੰ ਉਲਟ ਕਰਾਂਗੇ 2/1 ਪਲੱਸ 155/10 ਠੀਕ ਹੈ ਆ ਚੀਜ਼ ਬਣ ਗਈ ਆਪਣੇ ਕੋਲੇ ਓਕੇ ਆ ਚੀਜ਼ ਬਣ ਗਈ ਤੇ ਹੋਰ ਇਸ ਤੋਂ ਬਾਅਦ ਨਾ ਲਿਖ ਲਓ ਇਨੂੰ x ਮੰਨ ਲਓ ਪਲੱਸ 495/10 ਚੱਕੋ ਸਾਰਾ ਕੁਝ ਇੱਥੇ ਦੇਖ ਕੇ ਆਪਾਂ ਹੱਲ ਕਰਤਾ ਹੈ ਨਾ ਪੰਜਾਬੀ ਵਾਲੇ ਪੋਸ਼ਨ ਨੂੰ ਆਪਾਂ ਬਾਅਦ ਵਿੱਚ ਇਹਨੂੰ ਪਲੱਸ ਵਾਲੇ ਪੋਸ਼ਨ ਨੂੰ ਬਾਅਦ ਵਿੱਚ ਹੱਲ ਕਰਾਂਗੇ ਕਿਉਂਕਿ ਇਸ ਤੋਂ ਪਹਿਲਾਂ ਆਪਾਂ ਪਹਿਲਾਂ ਭਾਗ ਵਾਲਾ ਹੱਲ ਕਰਨਾ ਆ ਭਾਗ ਵਾਲਾ ਸੀ ਇਹਦੋਂ ਵਾਰ ਗੁਣਾ ਵਾਲੇ ਨੂੰ ਹੱਲ ਕਰਨਾ ਇਸ ਤਰ੍ਹਾਂ ਇਹ ਚੀਜ਼ ਅਮਰੀਕੀ ਵਾਲੇ ਹੁੰਦੇ ਨੇ ਜਿੱਥੇ ਬੱਚਾ ਮਾਰ ਖਾਂਦਾ ਹੁਣ ਦੇਖੋ ਸਭ ਤੋਂ ਪਹਿਲਾਂ ਜਿਹੜਾ ਆਪਾਂ ਪੋਸ਼ਨ ਨੂੰ ਹੱਲ ਕਰਾਂਗੇ ਇਹ ਗਿਆ 5 ਤੇ ਠੀਕ ਹੈ ਜੀ ਕਿਉਂਕਿ ਭਾਗ ਵਾਲਾ ਪੁੱਛਣ ਦੀ ਭਾਗ ਵਾਲਾ ਬੋਡਮ ਆ ਤੇ ਸਾਰਾ ਆਪਾਂ ਪਹਿਲਾਂ ਹੱਲ ਕਰਦੇ ਹੁੰਦੇ ਆ ਆ ਗਿਆ 25 ਤੇ ਠੀਕ ਹੈ ਜੀ ਹੁਣ ਇਹ ਸੰਖਿਆ ਕੀ ਬਣ ਗਈ 56/10 25/1 155/10 x 495/10 ਹੁਣ ਆਪਾਂ ਇਹਨੂੰ ਹੱਲ ਕਰਨਾ 5 ਜੋ 5 25 5 ਦੋਣੀ 10 ਠੀਕ ਹੈ ਜੀ 50 ਦੇ 10 ਆ ਜਾਓ ਜੀ ਨਾਲ ਠੀਕ ਹੈ ਜੀ 25 ਦੇ 25 50 28 ਤੇ ਗਿਆ ਠੀਕ ਹੈ ਜੀ ਇਹ ਗਿਆ 28 ਤੇ ਤੇ 28 ਪੰਜਾ ਕਿੰਨੇ ਹੁੰਦੇ ਆ ਕਿਉਂਕਿ ਰਕਮ ਆਪਾਂ ਛੋਟੀ ਛੋਟੀ ਬਣਾਉਦੇ ਬਣਾਉਦੇ ਜਾਣਾਗਾ 28 ਪੰਜਾ ਹੁੰਦੇ 140 140 155 100 x 495 ਦोसी ਸੱਚੇ ਸਤੇ ਹੁਣ ਮੈਂ ਹੋਰ ਵੀ ਹੋਲੀ ਛੋਟੀ ਬਣਾਂਗੀ ਇੱਕ ਸੋਮ ਸਕੀਮ ਹੋਣ ਦੱਸਦਾ ਮੈਂ ਹੋਰ ਦੇਖੋ 10 ਗੈਪ ਕਰਨ ਵਾਸਤੇ ਆਪਾਂ ਠੀਕ ਹੈ ਜੀ ਕਿਹ ਕਿਤੇ ਪੁਆਇੰਟ ਲਾਦਗੇ ਇਹ ਬਣ ਜਾਊਗਾ 140 ਪਲੱਸ 15.5 ਠੀਕ ਹੈ ਦੂਜੇ ਪਾਸੇ x 10 ਪੁਆਇੰਟ ਕਰਨ ਵਾਸਤੇ 49.5 49.5 ਬਣ ਗਏ ਠੀਕ ਹੈ 140 ਦੇ ਵਿੱਚ 15.5 ਜੋੜ ਦੰਨੇ ਆ ਇਹ ਬਣ ਜੂਗਾ 155.5 ਆ 49.5 ਪਲੱਸ ਦੇ ਇਧਰ ਲੈ ਆਉਣੇ ਨੂੰ ਆਪਾਂ ਜਿਹੜਾ ਆਪਾਂ ਇਧਰ ਲਿਆਏ ਇਹ ਬਣ ਜੂਗਾ 49.5 ਉਧਰ ਇਹ ਜੂਗਾ ਲਈ x ਠੀਕ ਹੈ ਜੀ ਹੁਣ 155.5 ਦੇ ਵਿੱਚੋਂ ਆਪਾਂ ਮੈਂਸ ਕਰਤੀਏ 49.5 ਇਹ ਜੋ ਮਾਈਨਸ ਕਰਾਂਗੇ ਇੱਧਰ ਬਣ ਜੂਗਾ 106 x ਦੀ ਵੈਲਿਊ ਕਿੰਨੀ ਆ ਗਈ 106 ਆ ਪਿਆ a ਨੰਬਰ ਆਪਸ਼ਨ ਅੰਦਰ ਆ ਰਹੀ ਲੋਡ ਦੇ ਅਨਸਾਰ ਤੁਸੀਂ ਪੁਆਇੰਟਾਂ ਨੂੰ ਬਟਿਆਜੀ ਬਦ ਸਕਦੇ ਹੋ ਬਟਿਆ ਨੂੰ ਪੁਆਇੰਟਾਂ ਦੇ ਵਿੱਚ ਬਦਲ ਸਕਦੇ ਹੋ ਜਿਵੇਂ ਤੁਹਾਨੂੰ ਤੁਹਾਡਾ ਸਵਾਲ ਸਹੀ ਲੱਗਦਾ ਤੁਹਾਨੂੰ ਠੀਕ ਹੈ ਜੀ ਹੁਣ ਆ ਗਿਆ ਆ ਸਵਾਲ ਹੁਣ ਕੱਢੋ ਜੀ ਨੂੰ ਕਿਵੇਂ ਕੱਢੋਗੇ ਬਿਲਕੁਲ ਸੌਖਾ ਹੈ ਸਵਾਲ ਕੁਝ ਨਹੀਂ ਕਰਨਾ ਜੀ ਜਮਾ ਸੌਖਾ ਦੇਖੋ ਸਾਰਾ ਕੁਝ ਸਾਹਮਣੇ ਦਿੱਤਾ ਹੋਇਆ ਹੈਗਾ 1575 21 0 ਆਪਾਂ ਗੁਣਾ ਦੇ ਵਿੱਚ ਤਬਦੀਲ ਕਰਾਂਗੇ 1/21 5 0 ਗੁਣਾ ਚ ਕਿਉਂ ਤਬਦੀਲ ਕਰਾਂਗੇ 1/5 ਇੱਥੇ ਤੁਸੀਂ ਕੁਐਸਚਨ ਮਾਰ ਕੇ ਥਾਂ ਤੇ x ਵੀ ਲਾ ਸਕਦੇ ਹੋ ਗੁਣਾ 6 ਠੀਕ ਹੈ ਜੀ 21 5 ਕਿੰਨਾ ਹੁੰਦਾ ਰਾਜੇ 21 5 ਹੁੰਦਾ 105 105 ਨੂੰ ਆਪਾਂ ਠੀਕ ਹੈ ਜੀ ਜਿਹਨੂੰ 1575 ਤੇ ਕੱਟ ਸਕਦੇ ਆ ਠੀਕ ਹੈ ਜੀ 1575 ਦੇ ਵਿੱਚ 21 ਨੂੰ 1575 ਵੀ ਕੱਟ ਸਕਦੇ ਆ 5 ਦੇ ਫਾੜੇ ਜੀ ਦੋਨਾਂ ਦੇ ਵੀ ਕੱਟ ਇਕੱਲੇ-ਇਕਲੇ ਵੀ ਕੱਟ ਸਕਦੇ ਮੈਨੂੰ ਪਤਾ ਵੈਸੇ 21 5 105 ਹੁੰਦੇ ਆ 105 ਨੂੰ ਜਿਹਨੂੰ ਮੈਂ 1575 ਤੇ ਭਾਗ ਕਰੂੰਗਾ ਤਾਂ ਇਹ 15 ਤੇ ਜਾਊਗਾ ਸਾਰਾ ਇੱਧਰ ਬਣ ਗਿਆ ਆਪਣੇ ਕੋਲੇ 15 ਇੱਧਰ ਬਣ ਗਿਆ x ਇੱਧਰ ਬਣ ਗਿਆ 6 ਰਾਜੇ ਆਹ 6 ਆ ਜਿਹੜਾ ਜਿਹੜਾ ਆਪਾਂ ਕ੍ਰੋਸ ਮਲਟੀਪਲਾਈ ਕਰਾਂਗੇ ਰਾਜੇ ਠੀਕ ਹੈ ਜੀ ਜਿਹੜਾ 6 ਆ ਰਾਜੇ ਇੱਧਰ ਹੀ ਆਊਗਾ ਕਿਉਂਕਿ ਅੰਡਰ ਰੂਟ ਵਾਲੀ ਰਕਮਾਂਗੀ ਜਿਹੜਾ 15/6 ਇੱਧਰ ਆ ਜਾਊਗਾ ਤਾਂ 15/6 ਇੱਧਰ ਰਹੇ ਜਾਊਗਾ ਇੱਧਰ ਬਣ ਜਾਊਗਾ ਅੰਡਰ ਰੂਟ ਜਿਹੜੇ 6 ਨੂੰ ਆਪਾਂ 15 ਤੇ ਭਾਗ ਕਰਾਂਗੇ ਇੱਥੇ ਆ ਜਾਊਗਾ ਆਪਣਾ 2.5 2.5 ਆ ਜਾਊਗਾ ਇੱਥੇ ਆਜੂਗਾ ਆਪਣੀ ਆ ਚੀਜ਼ ਆਜੀ ਜੀ ਬਣ ਗਈ ਇੱਥੇ ਆਪਣੇ ਕੋਲੇ ਠੀਕ ਹੈ ਜੀ ਜੇਕਰ ਇੱਕ ਪਾਸੇ ਸਕੁਅਰ ਹੋਵੇ ਤੇ ਦੂਜੇ ਪਾਸੇ ਸਕੁਅਰ ਨਾ ਹੋਵੇ ਗੱਲ ਨਹੀਂ ਬਣਦੀ ਹੁੰਦੀ ਠੀਕ ਹੈ ਜੀ ਹੁਣ ਦੇਖੋ ਹੁਣ ਆ ਗੱਲ ਆ ਜਿਹੜਾ ਬੰਦਾ ਹੁੰਦਾ ਨਾ ਜਿਹਦੇ ਉਤੇ ਸਕੁਅਰ ਹੁੰਦਾ ਰਾਜੇ ਇਹਨੂੰ ਕਦੇ ਵੀ ਪੰਦਰ ਨੂੰ ਸਕੁਅਰ ਨਹੀਂ ਵਧੀਆ ਲੱਗਦਾ ਆਪਦਾ ਜਦੋਂ ਤੁਸੀਂ ਕਹੋਗੇ 2.5 ਕਿਵੇਂ ਆ ਗਿਆ 15 ਨੂੰ 6 ਤੇ ਵੰਡ ਕੇ ਦੇਖ ਲਓ ਇੱਕ ਛੀਕਾ 6 ਦੁਣੀ 12 3 ਨਾ ਆ ਗਿਆ ਪੁਆਇੰਟ ਲਾਵਾਂਗੇ 6 5 3 ਠੀਕ ਹੈ 2.5 ਆਇਆ ਆਇਆ ਸੀ ਠੀਕ ਹੈ ਜਿਹੜਾ ਇਹ ਬਰਾਜੇ ਜਿਹਦੇ ਉੱਤੇ ਸਕੁਅਰ ਹੁੰਦਾ ਨਾ ਉਹਨੂੰ ਨਾ ਸਕੁਅਰ ਕਦੇ ਨਹੀਂ ਪਸੰਦ ਹੁੰਦਾ ਉਹਦਾ ਦੰਦਿਆਂ ਵਰਦਾ ਕਿ ਯਾਰ ਮੇਰੇ ਕੋਲ ਸਕੁਅਰ ਆ ਕੇ ਮਿਹਰੇਗਾ ਤਾਂ ਐਂ ਕਰੀ ਜਾਂਦਾ ਨਾ ਪਤਾ ਤਾਂ ਦੱਸ ਦੇਣਾ ਤਾਂ ਇਹਨੂੰ 2.5 ਕਹਿੰਦਾ ਜੇ ਤੈਨੂੰ ਸਕੁਅਰ ਪਸੰਦ ਨਹੀਂ ਹੈਗਾ ਕਿ ਨਾ ਮੈਨੂੰ ਤਾਂ ਪਸੰਦ ਨਹੀਂ ਹੈਗਾ ਤੂੰ ਲੈ ਜਾ ਉਹ ਨਾ ਮੈਨੂੰ ਦੇ ਦੇ 2.5 ਨੂੰ ਸਕੁਅਰ ਦੇਤਾ ਇਹਨੇ ਐਕਸ ਰਹਿ ਗਿਆ ਕੱਲਾ ਐਕਸ ਦੀ ਵੈਲਿਊ ਤਾਂ ਆਪਾਂ ਕੱਢਣੀ ਹੈ ਹੁਣ ਤਾਨੂੰ ਪਤਾ ਹੈ ਜੀ ਕਿ 2.5 ਦਾ ਸਕੁਅਰ ਕਿੰਨਾ ਹੁੰਦਾ ਹੈ ਦੱਸੂਗਾ ਕੋਈ ਕੈਂਡੀਡੇਟ 205 ਦਾ ਸਕੁਅਰ ਕਿੰਨਾ ਹੁੰਦਾ ਹੈ ਦੱਸੋ ਕਿੰਨਾ ਸਕੁਅਰ ਹੋ ਸਕਦਾ ਇਹਦਾ ਸੋ ਸਾਰਿਆਂ ਨੂੰ ਪਤਾ ਹੋਊਗਾ ਰਾਜੀ 25 25 ਦੀ ਜੇਕਰ ਪਕੜਾਂਗੇ 6.25 ਨਹੀਂ ਬਣ ਜਾਂਦਾ ਹੁੰਦਾ ਤਾਂ ਇਹ ਆ ਜਾਊਗਾ 6.25 ਕਿਹਦੀ ਬਣੂ 25 6.25 ਠੀਕ ਹੈ ਜੀ ਇਸ ਤਰ੍ਹਾਂ ਵੀ ਤੁਸੀਂ ਰਾਜੀ ਤੁਸੀਂ ਇਹਨੂੰ ਕੱਟ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਵੀ ਤੁਸੀਂ ਇਹਨੂੰ ਸਕੁਅਰ ਕੱਢ ਸਕਦੇ ਹੋ ਕਿਉਂਕਿ ਸਕੁਅਰ ਪਸੰਦ ਨਹੀਂ ਹੁੰਦਾ ਤਾਂ ਦੂਜੇ ਦੀ ਵੀ ਸਕੁਅਰ ਦੇ ਦਿੰਦਾ ਹੁੰਦਾ ਇਸ ਤਰ੍ਹਾਂ ਆ ਜਾਊਗਾ ਜੇਕਰ ਕਿਸੇ ਬੱਚੇ ਨੂੰ ਹੱਜੀ ਵੀ ਕੋਈ ਪ੍ਰੋਬਲਮ ਹੈ ਰਾਜੀ ਤਾਂ ਇੱਕ ਤਰੀਕਾ ਆਪਾਂ ਹੋਰ ਵੀ ਲਾ ਦਿੰਦੇ ਹੁੰਦੇ ਹਾਂ ਆਹ ਚੀਜ਼ ਆ ਗਈ ਆਪਣੇ ਕੋਲੇ 15/16 ਠੀਕ ਹੈ ਜੀ ਇਹਨੂੰ ਕੱਟ ਵੀ ਸਕਦੇ ਹੋ 3 2 6 5 3 15 ਆਹ ਚੀਜ਼ ਵੀ ਲਾ ਸਕਦੇ ਹੁਣ x ਨੇ ਆਪ ਦਾ ਸਕੁਅਰ 0 ਇਹਨਾਂ ਨੂੰ ਦਿੱਤਾ ਠੀਕ ਹੈ ਜੀ x ਨੇ ਜਿਹੜਾ ਆਪਣਾ ਸਕੁਅਰ ਇਹਨਾਂ ਨੂੰ ਦਿੱਤਾ ਆਹ ਬਣ ਜੂਗਾ 25 ਆਹ ਬਣ ਜੂਗਾ 4 ਠੀਕ ਹੈ ਜੀ 25 ਨੂੰ ਜੇ 4 ਤੇ ਵੰਡੋਗੇ ਤਾਂ ਵੀ ਤੁਹਾਡੇ ਕੋਲੇ 6.25 ਆ ਜਾਗਾ ਦੋਨਾਂ ਚ ਜਿਹੜਾ ਤਰੀਕਾ ਤੁਹਾਨੂੰ ਸਹੀ ਲੱਗਦਾ ਉਹ ਲਾ ਸਕਦੇ ਹੋ ਠੀਕ ਹੈ ਜੀ ਹੁਣ ਆ ਗਿਆ ਆਪਣੇ ਕੋਲੇ ਆਪ ਵਾਲਾ ਸਵਾਲ ਕੱਢੋ ਜੀ ਨੂੰ ਕਿਵੇਂ ਹੱਲ ਕਰੂੰਗੇ ਇਸ ਵਾਰ ਇਹ ਥੋੜਾ ਜਿਹਾ ਸੁਨੁਲਝਾਊਗਾ ਬਾਹਰ ਨਹੀਂ ਥੋੜਾ ਜਿਹਾ ਝਲਚਾਊਗਾ ਧਿਆਨ ਨਾਲ ਦੇਖ ਲਓ ਤੇ ਠੀਕ ਹੈ। ਦੇਖਣਾ ਜੀ ਸਮੂਹ ਫਾਰਮੂਲੇ ਕਰਵਾਉਂਗਾ ਚਲੋ ਸਾਨੂੰ ਐਂਟਰ ਤੇ ਕਰਵਾਉਂਗਾ ਇਹਦੇ ਵਿੱਚ ਹੀ ਕਰਵਾਉਂਗਾ ਜਰੂਰ ਇਹ ਨਾਲ ਦੇ ਸੰਭਾਲ ਆਏ। ਇੱਕ ਵਾਰੀ ਤੁਸੀਂ ਇਸ ਤਰ੍ਹਾਂ ਲਿਖ ਲਓ ਜਿਵੇਂ ਮੈਂ ਤੁਹਾਨੂੰ ਲਿਖਾ ਰਿਹਾ ਹਾਂਗਾ। ਠੀਕ ਹੈ ਜੀ। ਕੁਐਸਚਨ ਮਾਰਕ ਦੀ ਥਾਂ ਤੇ ਜੇ ਆਪਾਂ ਕੀ ਲਿਖਦੇ ਹੁੰਦੇ ਆ ਮੈਂ ਤੁਹਾਨੂੰ ਦੱਸਿਆਗਾ ਕਿ x ਲਿਖ ਲਈ ਤਾਂ ਹੁੰਦਾ। ਇਹਦਾ ਮਤਲਬ ਤਾਂ ਜੀ ਇਹ ਹੁੰਦਾ ਕਿ ਜੇ ਜੀ ਆਹ ਸੰਖਿਆ ਨਾ ਉਹ ਇਹਦੇ ਬਰਾਬਰ ਹੈ ਆ ਜਿਹੜਾ ਬਰਾਬਰ ਦਾ ਮਤਲਬ ਹੁੰਦਾ ਨਾ ਇਹਦਾ ਮਤਲਬ ਇਹ ਹੁੰਦਾਗਾ ਕਿ ਇਹਦੇ ਵਿੱਚ ਤੁਸੀਂ ਕਿਹੜੀ ਕੋਈ ਇਹ ਜੀ ਵੈਲਿਊ ਭਰੋ ਠੀਕ ਹੈ ਜੀ ਕਿ ਜਿਹੜੀ ਆ ਸੰਖਿਆ ਇਹਦੇ ਬਰਾਬਰ ਹੋ ਜੇ ਚੀਜ਼ ਆ ਸੰਖਿਆ ਉਹਦੇ ਬਰਾਬਰ ਹੋ ਜੇ ਇਹਦਾ ਮਤਲਬ ਇਹ ਹੁੰਦਾਗਾ ਠੀਕ ਹੈ ਜੀ ਹੁਣ ਦੇਖੋ ਜੀ ਧਿਆਨ ਦੇ ਨਾਲ ਹੁਣ ਇਹਦੇ ਉੱਤੇ ਸਕੁਅਰ ਹੈ ਮੈਂ ਤੁਹਾਨੂੰ ਕਿਹਾ ਕਿ ਜਿਹਦੇ ਉੱਤੇ ਵੀ ਸਕੁਅਰ ਹੁੰਦਾ ਉਹਨੂੰ ਕਦੇ ਪਸੰਦ ਨਹੀਂ ਹੁੰਦਾ ਕਿ ਮੇਰੇ ਉੱਤੇ ਸਕੁਅਰ ਹੋਵੇ ਉਹ ਸਕੁਅਰ ਦੂਜੇ ਨੂੰ ਦੇ ਦਿੰਦਾ ਹੁੰਦਾ ਤਾਂ ਇਹ ਤਾਂ ਰਹੇ ਜੂ ਇਦਾਂ ਇਸ ਤਰ੍ਹਾਂ ਤੇ ਇੱਧਰ ਬਣ ਜੂਗਾ ਸਕੁਅਰ ਸਕੁਅਰ ਤੇ ਸਾਰੀ ਰਕਮ ਦੇ ਉੱਤੇ ਸਕੁਅਰ ਵਗ ਜੂਗਾ ਠੀਕ ਹੈ ਜੀ ਤਾਂ ਜੀ ਹੁਣ ਆਪਾਂ ਆਹ ਚੀਜ਼ ਨੂੰ ਤੋੜਨਾ ਹੈਗਾ ਆਹ ਚੀਜ਼ ਨੂੰ ਤੋੜਨਾ ਇਹ ਚੀਜ਼ ਨੂੰ ਕਿਵੇਂ ਤੋੜਦੇ ਹੁੰਦੇ ਇਹਦੇ ਬਾਰੇ ਤੇ ਤੁਹਾਡਾ ਮੈਂ ਇੱਕ ਸਪੈਸ਼ਲ ਲੈਕਚਰ ਲਾਉਂਗਾ ਜਿਦੇ ਵਿੱਚ ਤੁਹਾਨੂੰ ਮੈਂ ਸਕੁਅਰ ਰੂਟ ਵੀ ਕੱਢਣਾ ਸਿਖਾਉਂਗਾ ਠੀਕ ਹੈ ਜੀ ਐਨੀ ਪਤਾ ਇਸ ਤੋਂ ਬਾਅਦ ਅਗਲਾ ਲੈਕਚਰ ਸਿਆਰ ਉਹਦੇ ਵਿੱਚ ਤੁਹਾਨੂੰ ਸਾਰਾ ਕਵਰ ਕਰਵਾਈ ਦੇਵਾਂ ਤੁਹਾਨੂੰ ਸਕੁਅਰ ਰੂਟ ਵੀ ਕੱਢਣਾ ਸਿਖਾਉਂਗਾ ਤੁਹਾਨੂੰ ਕਯੂਬ ਵੀ ਕੱਢਣਾ ਸਿਖਾਉਂਗਾ ਬਹੁਤ ਸੌਖੇ ਤਰੀਕੇ ਨਾਲ ਹੁਣ ਆ ਜੀ ਇਹਨੂੰ ਆਪਾਂ ਕਿਵੇਂ ਬਣਾ ਸਕਦੇ ਕੀ ਮਤਲਬ ਇੱਕ ਰਕਮ ਆਪਣੀ ਸਕੁਅਰ ਬਣੇ ਠੀਕ ਹੈ ਜੀ ਮਤਲਬ ਉਹ ਮੈਂ ਇੱਥੇ ਲਿਖਦਾ 2 2 2 2 4 4 7 ਕਰਦਾ ਕਿੰਨਾ ਬਣ ਜੂਗਾ राजे 28 ਬਣ ਜੂਗਾ ਇਹਦਾ ਮਤਲਬ ਮੇਰੇ ਕੋਲ ਸਕੁਅਰ ਕਿੰਨਾ ਬਣ ਰਿਹਾ 2 ਬਣ ਰਿਹਾ ਇੱਥੇ ਕੀ ਬਣ ਰਿਹਾ 4 4 ਦਾ ਸਕੁਅਰ ਕਿੰਨਾ ਹੁੰਦਾਗਾ 4 ਦਾ ਸਕੁਅਰ ਕਿੰਨਾ ਹੁੰਦਾ 2 ਹੁੰਦਾ ਤਾਂ ਇਹਦਾ ਮਤਲਬ ਮੇਰੀ ਵੈਲਿਊ ਬਣ ਗਈ ਇਹਦਾ ਮਤਲਬ ਮੇਰੇ ਕੋਲ ਇੱਕ ਟੋਟਾ ਬਣ ਗਿਆ 7 4 28 ਬਣ ਗਿਆ ਠੀਕ ਹੈ ਜੀ ਟੋਟਾ ਕੀ ਬਣ ਗਿਆ 7 4 28 ਤਾਂ ਇੱਥੇ ਮੈਂ ਲਿਖ ਸਕਦਾਗਾ 2 √ ਉੱਪਰ ਲਾ ਕੇ ਠੀਕ ਹੈ ਜੀ 7 ਕਿਉਂਕਿ ਇੱਥੇ ਨਾਲ 7 ਆ ਗਿਆ ਸੀ ਮੇਰਾ ਠੀਕ ਹੈ ਜੀ ਤਾਂ ਆ ਰੱਖ ਲਉ ਮੈਂ ਇਸ ਤਰ੍ਹਾਂ ਲਿਖਦਾ ਰਿਹਾ ਇਹਦਾ ਮਤਲਬ ਕੀ ਹੈ ਰਾਜੇ ਇੱਕ ਟੋਟਾ ਤਾਂ ਮੇਰੇ ਕੋਲ 7 ਬਣ ਗਿਆ ਇੱਕ ਇੱਕ ਜੇਕਰ ਮੈਂ 7 ਦੇ ਇੱਕ ਨੂੰ ਜੋੜਦਾ ਤਾਂ ਮੇਰੇ ਕੋਲ 8 ਬਣ ਰਿਹਾ ਜੇ ਮੈਂ 7 7 ਕਰਦਾ ਤਾਂ ਮੇਰੇ ਕੋਲ ਆ ਵੈਲਿਊ ਬਣ ਰਹੀ ਹੈ ਬਸ ਇਥੋਂ ਦੇਕਰ ਮੇਰਾ ਸਵਾਲ ਸੋਲਵ ਹੋ ਗਿਆ ਤੇ ਇਹਦਾ ਮਤਲਬ ਹੈ ਜੇ ਮੇਰੇ ਕੋਲ ਜਦੋਂ ਆ ਵੈਲਿਊ ਬਣ ਗਈ ਠੀਕ ਹੈ ਜੀ ਤਾਂ ਆ ਵੈਲਿਊ ਨੂੰ ਮੈਨੂੰ ਲਿਖਣ ਦੀ ਕੋਈ ਲੋੜ ਹੀ ਨਹੀਂ ਹੈਗੀ ਹੁਣ ਮੈਂ ਇੱਥੇ ਲਿਖ ਸਕਦਾ x 1 √7 ਠੀਕ ਹੈ ਤੇ -1 ਆਈ ਵੀ ਲਿਖ ਸਕਦਾਗਾ ਠੀਕ ਹੈ ਜੀ ਕਿਉਂਕਿ ਆ ਵੈਲਿਊ ਬਣ ਗਈ ਮੇਰੇ ਕੋਲੇ ਇਹਦੀ ਸਾਰੇ ਦੀ ਵੈਲਿਊ ਮੈਂ 7 ਮੰਨ ਲਈ ਇਹਦੀ ਮੈਂ 7 ਮੰਨ ਲਈ ਠੀਕ ਹੈ ਜੀ 1 ਨਾਲ 1 ਕੱਟਿਆ ਗਿਆ ਸਕੁਅਰ ਨਾਲ ਸਕੁਅਰ ਕੱਟਿਆ ਗਿਆ x ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲੇ 7 ਆ ਗਈ ਓਕੇ ਜੀ